2006 ਵਿੱਚ ਜਦੋਂ 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈਕਾ ਜਿਹੜਾ ਕਿ ਦੀਨਾ ਦੇ ਕਾਂਗੜ ਦੇ ਨਾਲ ਨਵਾਂ ਵਸਿਆ ਪਿੰਡ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਨਹੀਂ ਸੀ ਉੱਥੇ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ, ਉਹਦਾ ਅਖੌਤੀ ਅਖੰਡ ਪਾਠ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਜਦੋਂ ਗੱਲ ਚੱਲੀ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨ ਦੀ ਗੱਲ ਚੱਲੀ, ਥੋੜ੍ਹਾ ਜਿਹਾ ਔਖਾ ਲਫ਼ਜ਼ ਹੈ ਮੈਂ ਕਹਿ ਦੇਣਾ, ਸੌਂਕਣ ਆਪਾਂ ਸੌਂਤ ਲਫ਼ਜ਼ ਕਹਿੰਦੇ ਹਾਂ, ਸੌਂਤ ਬਣਾਉਣ ਦੀ ਜਿਹੜੀ ਸਾਜਿਸ਼ ਰਚੀ ਗਈ ਸੀ ਸਾਧ ਟੋਲੇ ਦੁਆਰਾ ਜਾਂ ਕੁਛ ਹੋਰ ਸਿੱਖ ਦੁਸ਼ਮਣ ਜਥੇਬੰਦੀਆਂ ਜਿਹੜੇ ਸਿੱਖ ਧਰਮ ਨੂੰ ਇੱਕ ਧਰਮ ਦੇ ਤੌਰ 'ਤੇ ਕਾਇਮ ਰਹਿਣ ਦੇਣਾ ਨਹੀਂ ਚਾਹੁੰਦੇ, ਤਾਂ ਉਸ ਸਾਜਿਸ਼ ਤੋਂ ਇਹ ਗੱਲ ਸ਼ੁਰੂ ਹੋਈ ਸੀ। ਹੋਇਆ ਕਿ ਉਹ, ਪਹਿਲਾਂ ਮੈਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਗੱਲ ਕਰਨੀ ਚਾਹਾਂਗਾ ਕਿ 2004 ਵਿੱਚ ਜਦੋਂ ਅਸੀਂ 16 ਜੁਲਾਈ ਦੇ ਦਿਨ ਜਦੋਂ 1604 ਵਿੱਚ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਤਾਂ ਉਹਦਾ ਅਸੀਂ 400 ਸਾਲਾ ਦਿਨ ਮਨਾ ਰਹੇ ਸਾਂ, ਮਨਾ ਕੇ ਹਟੇ ਸਾਂ। 2004 ਵਿੱਚ ਲੋਕਾਂ ਦੇ ਅੰਦਰ ਅਹਿਸਾਸ ਭਰ ਕੇ ਹਟੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਮਾਨਵਤਾ ਦਾ ਗ੍ਰੰਥ ਹੈ, ਉਹ ਅਗਲੀਆਂ ਆਉਣ ਵਾਲੀਆਂ ਹਜ਼ਾਰਾਂ ਸਦੀਆਂ ਦਾ ਗ੍ਰੰਥ ਹੈ, ਗਿਆਨ ਦਾ ਅਸਲ ਸੋਮਾ ਹੈ, ਰੂਹਾਨੀਅਤ ਦਾ ਮੁਜੱਸਮਾ ਹੈ। ਅਤੇ 2008 ਵਿੱਚ ਅਸੀਂ ਮਨਾ ਰਹੇ ਸਾਂ ਗੁਰੂ ਗ੍ਰੰਥ ਸਾਹਿਬ ਨੂੰ, ਜਦੋਂ 6 ਅਕਤੂਬਰ 1708 ਨੂੰ ਗੁਰਗੱਦੀ ਦਿੱਤੀ ਹੈ ਤਾਂ ਉਹਦਾ ਜਿਹੜਾ ਅਸੀਂ 300 ਸਾਲਾ ਦਿਨ ਮਨਾ ਰਹੇ ਸਾਂ। ਹੁਣ ਇਹਨਾਂ ਦੋਨਾਂ ਦਿਨਾਂ ਦੇ ਵਿਚਕਾਰ ਇੱਕ ਸਾਜਿਸ਼ ਰਚੀ ਗਈ ਵੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਜਿਹੜੀ ਹੈ, ਉਸ ਨੂੰ ਘਟਾਇਆ ਜਾ ਸਕੇ ਅਤੇ ਇੱਕ ਹੋਰ ਇਹਦੇ ਬਰਾਬਰ ਸੌਂਤ ਖੜੀ ਕਰ ਦਿੱਤੀ ਜਾਵੇ, ਇੱਕ ਗ੍ਰੰਥ ਨਵਾਂ ਕਾਇਮ ਕਰ ਦਿੱਤਾ ਜਾਵੇ। ਤੁਹਾਡੇ ਵਿੱਚੋਂ ਕੁਝ ਲੋਕ ਹਨ ਜਿਹੜੇ 2004 ਜਾਂ 1990 ਜਾਂ 1980-84 ਤੋਂ ਪਹਿਲਾਂ ਵੀ ਕੌਨਸ਼ੀਅਸ ਸਨ, ਜੋ ਗਿਆਨ ਹਾਸਲ ਕਰ ਰਹੇ ਸਨ, ਜੋ ਜਾਣਦੇ ਸਨ, ਹਿਸਟਰੀ ਨੂੰ ਜਾਣਦੇ ਸਨ, ਫਿਲੋਸਫੀ ਨੂੰ ਜਾਣਦੇ ਸਨ, ਗੁਰਬਾਣੀ ਨੂੰ ਸਮਝਦੇ ਸਨ, ਸਿੱਖ ਕਲਚਰ ਨੂੰ ਸਮਝਦੇ ਸਨ, ਰੂਹਾਨੀਅਤ ਨੂੰ ਸਮਝਦੇ ਸਨ, ਉਹਨਾਂ ਨੂੰ ਪਤਾ ਹੋਵੇਗਾ ਕਿ ਦਸਮ ਗ੍ਰੰਥ ਨਾਂ ਦਾ ਲਫ਼ਜ਼ ਉਸ ਤੋਂ ਪਹਿਲਾਂ ਮੌਜੂਦ ਨਹੀਂ ਸੀ। ਇਹ ਕੋਈ ਗ੍ਰੰਥ ਨਹੀਂ, ਜੇ ਕੋਈ ਗ੍ਰੰਥ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ 6 ਅਕਤੂਬਰ 1708 ਦੇ ਦਿਨ ਇਹ ਨਾ ਕਹਿੰਦੇ ਗੁਰੂ ਮਾਨਿਓ ਗ੍ਰੰਥ, ਕਹਿੰਦੇ ਹੋਰ ਕਿਤਾਬ ਵੀ ਪਈ ਉਹ ਵੀ ਖਿਆਲ ਕਰ ਲਿਆ ਜੇ, ਉਹ ਵੀ ਕਦੇ ਕਦੇ ਪੜ੍ਹ ਲਿਆ ਜੇ, ਉਹ ਮੇਰੀ ਲਿਖੀ ਹੋਈ ਹੈ। ਦੁਨੀਆਂ ਦਾ ਕੋਈ ਰਾਈਟਰ ਐਸਾ ਨਹੀਂ ਜਿਹੜਾ ਇਹ ਨਾ ਕਹੇ ਕਿ ਮੇਰੀ ਕਿਤਾਬ ਜਿਹੜੀ ਉਹ ਜ਼ਰੂਰ ਪੜ੍ਹਿਓ, ਇਹ ਨਹੀਂ ਕਹਿੰਦਾ ਵੀ ਰਾਈਟਰ ਦੀ ਕਿਤਾਬ ਮਾੜੀ ਵੀ ਹੋਵੇ ਚੰਗੀ ਵੀ ਹੋਵੇ, ਅਤੇ ਉਹ ਕਦੇ ਨਹੀਂ ਐਸਾ ਹੋਏਗਾ ਕੋਈ ਰਾਈਟਰ ਜਿਹੜਾ ਕਹੇ ਕਿ ਨਾ ਮੇਰੀ ਕਿਤਾਬ ਨਾ ਪੜ੍ਹਿਓ, ਫਲਾਣੀ ਚੀਜ਼ ਪੜ੍ਹਿਓ। ਤੋ ਉਹਨਾਂ ਨੇ ਜਦ ਸਪਸ਼ਟ ਹਦਾਇਤ ਦਿੱਤੀ ਹੈ ਗੁਰੂ ਮਾਨਿਓ ਗ੍ਰੰਥ, ਤਾਂ ਦੂਜੀ ਗੱਲ ਹੀ ਕੋਈ ਨਹੀਂ ਕਹੀ, ਜ਼ਿਕਰ ਤੱਕ ਨਹੀਂ ਕੀਤਾ ਜ਼ਰਾ ਮਾਸਾ ਵੀ ਕਿਤੇ ਉਹ ਵੀ ਪਈ ਹੋਈ ਜੇ ਜਾਂ ਉਹਦੇ ਟੁਕੜੇ ਵੀ ਪਏ ਹੋਏ ਨੇ, ਅਤੇ ਉਹ ਜ਼ਿਕਰ ਜੇ ਨਹੀਂ ਕੀਤਾ ਤਾਂ ਸਾਨੂੰ ਅਹਿਸਾਸ ਕਿੱਥੋਂ ਹੋਣਾ ਸੀਗਾ, ਕਦੇ ਖਿਆਲ ਕਿੱਥੋਂ ਹੋਣਾ ਸੀ ਵੀ ਕੋਈ ਇਹੋ ਜਿਹੀ ਚੀਜ਼ ਹੈ। 1785 ਤੱਕ ਇਸ ਕਿਤਾਬ ਦਾ, ਜਿਹਨੂੰ ਪਹਿਲਾਂ ਬਚਿੱਤਰ ਨਾਟਕ ਕਹਿੰਦੇ ਸੀ, ਕੋਈ ਇਹਦੀ ਵਜੂਦ ਨਹੀਂ ਸੀ, ਕੋਈ ਇਹਦੀ ਇਹਦੀ ਹੋਂਦ ਨਹੀਂ ਸੀ, ਕਿਤੇ ਵੀ ਜ਼ਿਕਰ ਨਹੀਂ ਹੈ। ਬੜੀਆਂ ਬੜੀਆਂ ਹਿਸਟਰੀ ਦੀਆਂ ਕਿਤਾਬਾਂ ਨੇ ਸਾਡੇ ਕੋਲ, ਗੁਰੂ ਸੋਭਾ 1711 ਦੀ ਲਿਖੀ ਹੋਈ ਹੈ, ਉਸ ਤੋਂ ਬਾਅਦ ਸਾਡੇ ਕੋਲ ਗੁਰੂ ਬਿਲਾਸ ਪਾਤਸ਼ਾਹੀ 10 ਅਤੇ ਗੁਰੂ ਬਿਲਾਸ ਸਿੰਘ ਪਾਤਸ਼ਾਹੀ 10ਵੀਂ ਹੈ, ਸੰਤੋਖ ਸਿੰਘ ਦਾ ਸੁਰਤੀ ਪ੍ਰਕਾਸ਼ ਹੈ, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਹੈ, ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਬਹੁਤ ਸਾਰੀਆਂ ਕਿਤਾਬਾਂ ਅੰਗਰੇਜ਼ ਰਾਈਟਰਾਂ ਦੀਆਂ ਵੀ ਹਨ, ਕਨਿੰਗਮ ਦੀ ਕਿਤਾਬ ਹੈ, ਮੈਂ ਕਾਲਫ ਦੀ ਕਿਤਾਬ, ਇੰਨੀਆਂ ਕਿਤਾਬਾਂ ਸਾਡੇ ਕੋਲ ਨੇ, ਕਿਤੇ ਉਸ ਅਖੌਤੀ ਦਸਮ ਗ੍ਰੰਥ ਦਾ ਜ਼ਿਕਰ ਨਹੀਂ। ਅਚਾਨਕ ਪੈਦਾ ਹੋ ਗਿਆ ਵੀ ਕਿਤੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਦੁਨੀਆਂ ਵਿੱਚ ਆਪਣੀ ਜਿਹੜੀ ਇਹਦੀ ਸੁਪਰੀਮੇਸੀ ਹੈ ਉਸ ਨੂੰ ਪ੍ਰਜੈਂਟ ਨਾ ਕੀਤਾ ਜਾ ਸਕੇ, ਪੇਸ਼ ਨਾ ਕੀਤਾ ਜਾ ਸਕੇ। ਮੈਂ ਇਹਦੇ ਵਾਸਤੇ ਇੱਕ ਲਫ਼ਜ਼ ਵਰਤਦਾ ਗੁਰੂ ਗ੍ਰੰਥ ਸਾਹਿਬ ਬਾਰੇ, ਜੇਕਰ ਦੁਨੀਆਂ ਦੇ ਸਾਰੇ ਧਰਮਾਂ ਦੇ ਲੋਕਾਂ ਨੇ, ਰੂਹਾਨੀ ਲੋਕਾਂ ਨੇ ਕੋਈ ਆਪਣਾ ਇੱਕ ਮੈਨੀਫੈਸਟੋ ਬਣਾਉਣਾ ਹੈ, ਸਪਿਰਚੁਅਲ ਮੈਨੀਫੈਸਟੋ, ਅਤੇ ਗੁਰੂ ਗ੍ਰੰਥ ਸਾਹਿਬ ਇਜ਼ ਸਪਿਰਚੁਅਲ ਮੈਨੀਫੈਸਟੋ ਆਫ ਦੀ ਵਰਲਡ। ਇਸ ਤੋਂ ਵੱਡੀ ਗੱਲ ਕੋਈ ਨਹੀਂ, ਸਪਿਰਚੁਅਲ ਮੈਸੇਜ ਕਿਸੇ ਗ੍ਰੰਥ ਵਿੱਚ ਨਹੀਂ ਹੈ। ਮੈਂ ਬਾਈਬਲ ਵੀ ਥੋੜ੍ਹੀ ਜਿਹੀ ਪੜ੍ਹੀ ਹੈ, ਕੁਰਾਨ ਵੀ ਪੜ੍ਹਿਆ ਹੈ, ਰਾਮਾਇਣ ਮਹਾਭਾਰਤ ਅਤੇ ਗੀਤਾ ਅਤੇ ਪੁਰਾਣ ਇਹ ਵੀ ਦੇਖੇ ਆ, ਅੰਜੀਲ ਵੀ ਦੇਖੀ ਹੈ, ਮੈਨੂੰ ਕਿਤੇ ਉਹ ਰੂਹਾਨੀਅਤ ਨਜ਼ਰ ਨਹੀਂ ਆਈ ਜੋ ਗੁਰੂ ਗ੍ਰੰਥ ਸਾਹਿਬ 'ਚ ਹੈ, ਔਰ ਇਹ ਸਾਰਿਆਂ ਨੂੰ ਪਤਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਚੁਭਦਾ ਹੈ,
ਭਾਵੇਂ ਕੁਝ ਲੋਕ ਦੱਬੀ ਜ਼ਬਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਅਤੇ ਇਹਦੇ ਵਿੱਚ ਪੇਸ਼ ਕੀਤੀ ਰੂਹਾਨੀਅਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਰੂਹਾਨੀਅਤ ਉਹ ਰੂਹਾਨੀਅਤ ਨਹੀਂ ਵੀ ਰੱਬ ਹੀ ਲੱਭੀ ਚਲੋ, ਰੂਹ ਨੂੰ ਲੱਭੀ ਚਲੋ, ਇਹ ਸੋਸ਼ਲ ਸਪਿਰਚੁਅਲਿਜ਼ਮ ਹੈ। ਖਾਲੀ ਸਪਿਰਚੁਅਲਿਜ਼ਮ ਨਹੀਂ ਹੈ, ਸੋਸ਼ਲ ਸਪਿਰਚੁਅਲਿਜ਼ਮ ਹੈ। ਇਨਸਾਨ ਇਸ ਦੁਨੀਆ ਦਾ ਇੱਕ ਅੰਗ ਹੈ ਔਰ ਉਸਨੇ ਇਸ ਰੂਹਾਨੀਅਤ ਨੂੰ ਕਿਵੇਂ ਅਚੀਵ ਕਰਨਾ ਹੈ, ਉਸ ਸਪਿਰਚੁਅਲ ਮੈਨੀਫੈਸਟੋ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ 2006 ਵਿੱਚ ਇਹ ਸਾਜਿਸ਼ ਰਚੀ ਗਈ ਕਿ ਗੁਰੂ ਗ੍ਰੰਥ ਸਾਹਿਬ ਦੀ ਇਸ ਸ਼ਤਾਬਦੀਆਂ ਦੇ ਵਿਚਕਾਰ ਜੋ ਸਾਜਿਸ਼ ਰਚੀ ਗਈ ਹੈ, ਉਸ ਤੋਂ ਪਹਿਲਾਂ ਇਹ ਕਿਤਾਬ ਮੌਜੂਦ ਨਹੀਂ ਸੀ। 1785 ਤੋਂ ਪਹਿਲਾਂ ਇਹ ਕਿਤਾਬ ਮੌਜੂਦ ਨਹੀਂ ਸੀ। ਇਸ ਨੂੰ ਤਿਆਰ ਕੀਤਾ ਪਟਨਾ ਸ਼ਹਿਰ ਵਿੱਚ ਬੈਠ ਕੇ ਤਿੰਨ ਨਿਰਮਲਿਆ ਨੇ, ਹੋਰ ਥੋੜ੍ਹੀਆਂ ਜਿਹੀਆਂ ਰਚਨਾਵਾਂ ਵੀ ਇਕੱਠੀਆਂ ਕਰਕੇ ਨਿਰਮਲਿਆ ਨੇ ਇਸ ਕਿਤਾਬ ਨੂੰ ਤਿਆਰ ਕੀਤਾ ਹੈ। ਤੋ ਇਸ ਕਿਤਾਬ ਨੂੰ ਤਿਆਰ ਕਰਨ ਤੋਂ ਬਾਅਦ, ਕਿਉਂਕਿ ਪਟਨੇ 'ਚ ਬਣੀ ਹੈ ਅਤੇ ਨਿਰਮਲੇ ਜਿਹੜੇ ਨੇ ਬ੍ਰਾਹਮਣ ਪੱਗਾਂ ਵਾਲੇ ਬ੍ਰਾਹਮਣ ਜਿਹੜੇ ਨੇ, ਕਿਉਂਕਿ ਸਿੱਖ ਜੰਗਲਾਂ 'ਚ ਰਹਿੰਦੇ ਸੀ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਨਹੀਂ ਸੀ ਕਰ ਸਕਦੇ, ਉਦਾਸੀ ਦੇ ਨਿਰਮਲੇ ਜਿਹੜੇ ਨੇ ਜੋ ਅੰਦਰੋਂ ਬ੍ਰਾਹਮਣ ਸਨ, ਬ੍ਰਾਹਮਣ ਪਰੰਪਰਾ ਵਾਲੇ ਸਨ, ਪਟਨੇ ਜਾਂ ਕਾਸ਼ੀ ਜਾਂ ਅਯੁੱਧਿਆ ਵਿੱਚੋਂ ਪੜ੍ਹੇ ਹੋਏ ਸਨ, ਇਹਨਾਂ ਲੋਕਾਂ ਦੇ ਹੱਥ ਗੁਰਦੁਆਰਿਆਂ ਦਾ ਪ੍ਰਬੰਧ ਸੀ ਅਤੇ ਇਹਨਾਂ ਨੇ ਗੁਰਦੁਆਰਿਆਂ ਦਾ ਜਿੱਥੇ ਜਿੱਥੇ ਪ੍ਰਬੰਧ ਸੀ ਉੱਥੇ ਹੀ ਉਹ ਪਰੰਪਰਾਵਾਂ ਸ਼ੁਰੂ ਕਰ ਦਿੱਤੀਆਂ, ਰਵਾਇਤਾਂ ਸ਼ੁਰੂ ਕਰਤੀਆਂ, ਉਹ ਕਰਮ ਕਾਂਡ ਸ਼ੁਰੂ ਕਰ ਦਿੱਤੇ ਜਿਹੜੇ ਬ੍ਰਾਹਮਣੀ ਕਰਮ ਕਾਂਡ ਨੇ। ਦਰਬਾਰ ਸਾਹਿਬ ਵਿੱਚ ਕਮ ਸੇ ਕਮ 100 ਗੱਲਾਂ ਐਸੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਬ੍ਰਾਹਮਣੀ ਕਰਮ ਕਾਂਡ ਦੀਆਂ ਗੱਲਾਂ ਨੇ। ਔਰ ਇਹ ਕਦੋਂ ਸ਼ੁਰੂ ਹੋਈਆਂ? ਦਰਬਾਰ ਸਾਹਿਬ 'ਤੇ 1780 ਤੋਂ ਬਾਅਦ ਅਕਾਲੀ ਫੂਲਾ ਸਿੰਘ ਜਿਹੜਾ ਉਹ ਮੌਜੂਦ ਸੀ, ਪਰ 1804 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ 'ਤੇ ਕਬਜ਼ਾ ਕੀਤਾ ਅਤੇ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਹੋਈ ਹੈ, ਉਸ ਤੋਂ ਬਾਅਦ ਇਹਦੇ 'ਤੇ ਟੋਟਲ ਕਬਜ਼ਾ ਨਿਰਮਲਿਆਂ ਦਾ ਹੋ ਗਿਆ। ਸੰਤ ਸਿੰਘ ਗਿਆਨੀ ਨਿਰਮਲਾ ਸੀ, ਸਾਰੀ ਦੁਨੀਆ ਜਾਣਦੀ ਹੈ, ਅਤੇ ਸੰਤ ਸਿੰਘ ਗਿਆਨੀ ਉਹ ਸ਼ਖਸ ਹੈ ਜਿਹਦੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਨੇ ਜਾਂ ਜਿਸਨੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਸੋਨਾ ਚੜਵਾਇਆ ਸੀ, ਜਿਹੜੀ ਕਿ ਆਪਣੇ ਆਪ 'ਚ ਐਂਟੀ ਸਿੱਖ ਹਰਕਤ ਹੈ ਕਿ ਸੋਨੇ ਨਾਲ ਮੜ ਦਿਓ, ਧਰਮ ਦੀ ਗੱਲ ਨਾ ਕਰੋ, ਜੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਭੁੱਲ ਜਾਓ, ਇਹਨੂੰ ਟੈਂਪਲ ਅਤੇ ਗੋਲਡ ਦੇ ਨਾਲ ਐਸੋਸੀਏਟ ਕਰ ਦਿਓ, ਇਹ ਦਰਬਾਰ ਗੁਰੂ ਦੇ ਦਰਬਾਰ ਦੀ ਮਾਨਤਾ ਘਟਾਉਣ ਦੀ। ਖੈਰ, ਸੰਤ ਸਿੰਘ ਤੋਂ ਬਾਅਦ ਉਸਦਾ ਪੁੱਤਰ ਗੁਰਮੁਖ ਸਿੰਘ ਅਤੇ ਉਹਦਾ ਚੇਲਾ ਦਰਬਾਰਾ ਸਿੰਘ ਆਇਆ। ਗੁਰਮੁਖ ਸਿੰਘ ਅਤੇ ਦਰਬਾਰਾ ਸਿੰਘ ਉਹ ਦੋ ਸ਼ਖਸ ਨੇ ਜਿਹਨਾਂ ਨੇ ਗੁਰੂ ਬਿਲਾਸ ਪਾਸੇ 6ਵੀਂ ਲਿਖਿਆ ਅਤੇ ਬਾਅਦ ਵਿੱਚ ਉੱਤੇ ਲਿਖਦਾ ਵੀ 1718 'ਚ ਲਿਖੀ ਹੈ, ਹਾਲਾਂਕਿ 1830 ਅਤੇ 40 ਦੇ ਵਿਚਕਾਰ ਇਹਨਾਂ ਦੋਨਾਂ ਪੁਜਾਰੀਆਂ ਨੇ, ਇੱਕ ਸੰਤ ਸਿੰਘ ਦਾ ਪੁੱਤਰ ਇੱਕ ਉਹਦਾ ਚੇਲਾ ਜਿਹੜਾ, ਇਹਨਾਂ ਨੇ ਇਹਦੀ ਰਚਨਾ ਕੀਤੀ ਸੀ। ਗੁਰਮੁਖ ਸਿੰਘ ਤੋਂ ਬਾਅਦ ਉਹਦਾ ਪੁੱਤਰ ਪ੍ਰਦੁਮਨ ਸਿੰਘ ਜਿਹੜਾ ਗ੍ਰੰਥੀ ਬਣਿਆ ਔਰ ਇਹ ਨਿਰਮ ਦੇ ਸਾਰੇ ਅਖੀਰ ਤੱਕ ਉਦੋਂ ਤੱਕ ਕਾਬਜ਼ ਰਹੇ ਆ ਜਦੋਂ ਤੱਕ 1920 ਦੀ 12 ਅਕਤੂਬਰ ਨੂੰ ਸਿੱਖਾਂ ਨੇ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲਿਆ। ਸੋ 1780 ਤੋਂ ਲੈ ਕੇ ਅਤੇ 1920 ਦੀ 12 ਅਕਤੂਬਰ ਤੱਕ ਦਰਬਾਰ ਸਾਹਿਬ ਵਿੱਚ ਜੋ ਕੁਛ ਵੀ ਐਸਟੈਬਲਿਸ਼ ਕੀਤਾ ਗਿਆ, ਜੇ ਪੌੜੀਆਂ ਨੂੰ ਤੇ ਹਰ ਕੀ ਪੌੜੀ ਤੇ ਦੁੱਖ ਭਜਨੀ ਬੇਰੀ, ਇਹ ਸਾਰੇ ਨਾਂ ਦੇ ਦਿੱਤੇ ਗਏ, ਸਾਰੇ ਬ੍ਰਾਹਮਣੀ ਨਾਂ ਸੀ, ਸਾਰੇ ਹਰਿਦੁਆਰ ਚੋਂ ਆਏ ਸਨ, ਕਾਸ਼ੀ ਚੋਂ ਆਏ ਸਨ, ਅਯੁੱਧਿਆ ਵਿੱਚੋਂ ਆਏ ਸਨ, ਜਿਹਨਾਂ ਦਾ ਸਿੱਖੀ ਦੇ ਨਾਲ ਕੋਈ ਜ਼ਰਾ ਮਾਸਾ ਵੀ ਨੇੜੇ ਤੇੜੇ ਦਾ ਸੰਬੰਧ ਨਹੀਂ ਸੀ। ਤੋ ਇਹ ਸਾਰੀਆਂ ਕੁਰੀਤੀਆਂ, ਮੈਂ ਰਿਵਾਇਤਾਂ ਨਹੀਂ ਕਹਿੰਦਾ, ਕਰਮ ਕਾਂਡ ਨਹੀਂ ਕਹਿੰਦਾ, ਮੈਂ ਕੁਰੀਤੀਆਂ ਕਹਾਂਗਾ, ਕੁਰੀਤੀਆਂ ਜਿਹੜੀਆਂ ਨੇ ਦਰਬਾਰ ਸਾਹਿਬ ਵਿੱਚ ਇਹਨਾਂ ਨਿਰਮਲਿਆਂ ਨੇ ਸ਼ੁਰੂ ਕੀਤੀਆਂ ਸਨ। ਔਰ ਇਹਨਾਂ ਕੁਰੀਤੀਆਂ ਦੇ ਨਾਲ ਹੀ ਹੋਰ ਇੱਕ ਬੜੀ ਵੱਡੀ ਕੁਰੀਤੀ ਕੀਤੀ ਸੀ, ਜਿਸ ਤਰ੍ਹਾਂ ਮੈਂ ਦੱਸ ਕੇ ਗਿਆ ਕਿ ਪਟਨੇ ਵਿੱਚ ਬੈਠੇ ਸਨ ਸੁੱਖਾ ਸਿੰਘ, ਗ੍ਰੰਥੀ ਦਿਆਲ ਸਿੰਘ, ਇਹ ਨਿਰਮਲੇ ਜਿਹੜੇ ਸਨ, ਇਹਨਾਂ ਨੇ ਇਹ ਕਿਤਾਬ ਤਿਆਰ ਕੀਤੀ ਅਤੇ ਇਹਨੂੰ ਜਿਹਦਾ ਨਾਂ ਵਿੱਚ ਤੁਸੀਂ ਅੰਦਰ ਪੜ੍ਹੋ, ਅੰਦਰੂਨੀ ਗਵਾਹੀ ਕਹਿੰਦੀ ਵੀ ਹਰ ਚੈਪਟਰ ਦੇ ਬਾਅਦ 'ਚ ਲਿਖਿਆ ਇਤੀ ਵਿਚਿੱਤਰ ਨਾਟਕ ਗ੍ਰੰਥ, ਮਤਲਬ ਇਹਦਾ ਪਹਿਲਾ ਨਾਂ ਵਿਚਿੱਤਰ ਨਾਟਕ ਗ੍ਰੰਥ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਦਸਮ ਗ੍ਰੰਥ ਨਾਂ ਦਾ ਨਾਂ ਦੇ ਦਿੱਤਾ ਗਿਆ। ਤੋ ਉਹ ਰਚਨਾਵਾਂ ਇਕੱਠੀਆਂ ਕਰਕੇ ਇਹਨਾਂ ਨੇ ਸੰਭਾਲੀ ਰੱਖੀਆਂ। ਫਿਰ ਇੱਕ ਕਹਿੰਦੇ ਵੀ ਦੇਖੋ ਲੈ ਇਹ ਥੋੜ੍ਹਾ ਅਸੀਂ ਕਹਿੰਦੇ ਹਾਂ, ਇਹ ਤਾਂ 1897 ਤੋਂ ਲੈ ਕੇ 1902 ਤੱਕ ਇੱਕ ਸੋਧਕ ਕਮੇਟੀ ਬਣਾਈ ਸੀ, ਇਹਦਾ ਦਾਵਾ ਕਰਦੇ ਆ ਵੀ ਸੋਧਕ ਕਮੇਟੀ ਬਣਾਈ ਸੀ ਅਕਾਲ ਤਖ਼ਤ ਤੇ, ਜਿਸਨੇ ਇਸ ਨੂੰ ਇਹਦਾ ਅਸਲ ਰੂਪ ਕਾਇਮ ਕੀਤਾ ਸੀ। ਕਾਇਮ ਕੀ ਕੀਤਾ ਸੀ? ਉਹਨੇ ਜਿੰਨੀਆਂ ਇਹਦੇ ਵੋਲਿਊਮ ਮਿਲਦੇ ਸਨ, ਜਿੰਨੀਆਂ ਚੀਜ਼ਾਂ ਮਿਲਦੇ ਸੀ, ਉਹਨਾਂ ਇਕੱਠੀਆਂ ਕਰਕੇ ਉਹਦਾ ਇੱਕ ਔਥੈਂਟਿਕ ਰੂਪ ਕੱਢਿਆ ਬਈ ਆਹ ਜਿਹੜੀ ਚੰਡੀ ਦੀਵਾਰ ਇਹਨਾਂ 'ਚੋਂ ਅਸਲ ਆ ਠੀਕ ਹੋਏਗੀ, ਇਹ ਕ੍ਰਿਸ਼ਨ ਅਵਤਾਰ ਹੋਏਗਾ, ਇਹ ਪੁਰਾਣਾ ਹੋਏਗਾ, ਉਹ ਠੀਕ ਕਰਨ ਦੀ ਗੱਲ ਕੀਤੀ ਸੀ। ਉਹਦਾ ਮਤਲਬ ਇਹ ਸੀ ਵੀ ਇਹ ਪ੍ਰਵਾਨਿਤ ਕੀਤਾ ਸੀ ਵੀ ਗੁਰੂ ਦੀਆਂ ਰਚਨਾਵਾਂ ਨੇ, ਤੁਸੀਂ ਇਹਨਾਂ 'ਚੋਂ ਕੁਰੈਕਟ ਕੀਤਾ ਸੀ। ਸੋਧਕ ਕਮੇਟੀ ਨੇ ਇਹ ਕੁਰੈਕਟ ਕੀਤਾ ਸੀ ਵੀ ਕਿਹੜੀ ਰਚਨਾ ਜਿਹੜੀ ਹੈ ਉਹਦੇ 'ਚ ਤੁਕਾਂਤ ਜਿਹੜਾ ਹੈ ਠੀਕ ਹੈ, ਕਿਹਦੇ 'ਚ ਵੱਧ ਠੀਕ ਨੇ, ਕਿਹਦੇ 'ਚ ਸ਼ਿਰ ਪੂਰੇ ਨੇ, ਘੱਟ ਨੇ, ਵੱਧ ਨੇ, ਉਹ ਠੀਕ ਕੀਤਾ ਸੀ ਉੱਥੇ। ਔਰ ਫਿਰ ਕੀਤਾ ਕਿਹਨੇ ਸੀ? ਸੋਧਕ ਕਮੇਟੀ ਬਣਾਈ ਕਿਹਨੇ ਸੀ?
ਤੁਹਾਨੂੰ ਯਾਦ ਆਏਗਾ ਕਿ 18 ਸਤੰਬਰ 1887 ਦੇ ਦਿਨ ਅਕਾਲ ਤਖ਼ਤ ਤੋਂ ਪੁਜਾਰੀਆਂ ਨੇ, ਅਕਾਲ ਤਖ਼ਤ ਨੇ ਨਹੀਂ ਪੁਜਾਰੀਆਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਚੋਂ ਖਾਰਜ ਕਰਨ ਦਾ ਡਰਾਮਾ ਕੀਤਾ ਸੀ। ਮੈਂ ਡਰਾਮਾ ਕੀਤਾ ਇਸ ਕਰਕੇ ਨਾ ਕਿ ਉਹਦੇ 'ਤੇ ਦਸਖਤ ਕਰਨ ਵਾਲੇ ਸਨ ਕੋਈ ਨੰਬਰਦਾਰ, ਕੋਈ ਧੂਪ ਦੇਣ ਵਾਲੇ ਧੂਪੀ ਹੈ, ਕੋਈ ਬੱਤੀਆਂ ਜਗਾਉਣ ਵਾਲੇ, ਕੋਈ ਜਿਹੜੇ ਸੀ ਸਫਾਈ ਕਰਨ ਵਾਲੇ, ਕੋਈ ਨੰਬਰਦਾਰ, ਕੋਈ ਚੌਕੀਦਾਰ, ਉਹਨਾਂ ਦੇ ਦਸਖਤ ਨੇ। ਹਾਸਾ ਹੁੰਦਾ ਥੱਲੇ ਨਾ ਪੜ੍ਹ ਕੇ ਵੀ ਕਿਹੜੀ ਕਿਹੜੀ ਡਿਊਟੀ ਹੈ ਅਤੇ ਕੌਣ ਹੁਕਮਨਾਮਾ ਅਖੌਤੀ ਹੁਕਮਨਾਮਾ ਜਾਰੀ ਕਰ ਰਿਹਾ। ਪਰ ਇਹ ਉਹੀ ਸਾਧਨਾ ਸੀ ਜਿਹੜੇ ਖੇਮ ਸਿੰਘ ਬੇਦੀ ਦੇ ਬਣਾਏ ਹੋਏ ਬਿਠਾਏ ਹੋਏ ਪੁਜਾਰੀ ਸਨ ਅਤੇ ਜਿਹਨਾਂ ਨੂੰ ਇੱਕ ਤੁਹਾਨੂੰ ਹੋਰ ਕਹਿੰਦੇ ਦਸਤੂਰੇ ਅਮਲ ਦਰਬਾਰ ਸਾਹਿਬ 'ਚ ਕਾਇਮ ਕੀਤਾ ਗਿਆ। 1857 ਵਿੱਚ ਦਸਤੂਰੇ ਅਮਲ ਜਿਹੜਾ ਕਹਿੰਦੇ ਕੀਤਾ ਗਿਆ, ਔਰ ਉਹਦੀ ਕਮੇਟੀ ਦਾ ਚੇਅਰਮੈਨ ਕੌਣ ਸੀ? ਰਾਜਾ ਤੇਜਾ ਸਿੰਘ। ਆਮ ਲੋਕ ਕਹਿੰਦੇ ਕੋਈ ਸਿੱਖ ਹੋਏਗਾ ਤੇਜਾ ਸਿੰਘ, ਜਿਹਨਾਂ ਨੇ ਦਰਬਾਰ ਸਾਹਿਬ ਦਾ ਦਸਤੂਰੇ ਅਮਲ ਜਿਹੜਾ ਦਸਤੂਰੇ ਅਮਲ ਦਾ ਵੀ ਭੁਲੇਖਾ ਨਾ ਰੱਖਿਓ ਮਨ 'ਚ, ਇਹਦਾ ਮਤਲਬ ਇਹ ਨਹੀਂ ਵੀ ਉਹਦੀ ਮਰਿਆਦਾ। ਦਸਤੂਰੇ ਅਮਲ ਸੀ ਵੀ ਕਿਸ ਪੁਜਾਰੀ ਨੂੰ ਕਿੰਨੇ ਪੈਸੇ ਮਿਲਣਗੇ, ਕਿਹਦੀ ਕੀ ਡਿਊਟੀ ਹੋਵੇਗੀ, ਇਹੋ ਜਿਹੀਆਂ ਗੱਲਾਂ ਨੇ ਉਹ ਦਸਤੂਰੇ ਅਮਲ 'ਚ ਸਾਡੇ ਕੋਲ ਮੌਜੂਦ ਹੈ ਅੱਜ ਵੀ। ਔਰ ਬਣਾਇਆ ਸੀ ਤੇਜਾ ਸਿੰਘ, ਉਸ ਕਮੇਟੀ ਦਾ ਮੁਖੀ ਤੇਜਾ ਸਿੰਘ ਪਤਾ ਕੌਣ ਸੀ? ਮੇਰੇ ਖਿਆਲ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਤੇਜਾ ਸਿੰਘ ਉਹ ਬੰਦਾ ਸੀ ਜਿਹਦੇ ਬਾਰੇ ਤੁਸੀਂ ਸ਼ਾਹ ਮੁਹੰਮਦ ਦੀ ਕਿਤਾਬ 'ਚ ਪੜ੍ਹਦੇ ਹੋ। ਤੇਜਾ ਸਿੰਘ ਸਰਦਾਰ ਕੋਲ ਵੱਢ ਦਿੱਤਾ ਕਿਤੇ ਨੱਸ ਨਾ ਜਾਏ ਫੌਜ, ਫੌਜ ਦਾ ਮੁਖੀ ਸੀ ਰਣਜੀਤ ਸਿੰਘ ਦੀ, ਉਹ ਬ੍ਰਾਹਮਣ ਸੀ ਤੇਜਾ ਸਿੰਘ ਮਿਸ਼ਰਾ, ਜਿਸ ਨੂੰ ਉਸ ਕਮੇਟੀ ਇੱਕ ਬ੍ਰਾਹਮਣ ਦਸਤੂਰੇ ਅਮਲ ਤਿਆਰ ਕਰ ਰਿਹਾ, ਉਹੀ ਬ੍ਰਾਹਮਣ ਜਿਹੜੇ ਨੇ, ਉਹੀ ਨਿਰਮਲ ਜਿਹੜੇ ਨੇ, ਉਹ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਖਾਰਜ ਕਰ ਰਹੇ ਨੇ, ਉਹੀ ਗੁਰਮੁਖ ਜਿਹੜੇ ਨਿਰਮਲ ਨੇ ਉਹਨਾਂ ਦੀ ਸੋਧਕ ਕਮੇਟੀ ਹੈ, ਸਾਰੇ ਦਾ ਸਾਰਾ ਫਰਾਡ ਨਿਰਮਲਿਆ ਸੀ, ਉਹੀ ਉਹਦੀ ਸੰਤੋਖ ਸਿੰਘ ਦੀ ਕਥਾ ਕਰਵਾਉਣ ਲੱਗ ਪਏ। ਇਹ ਸਾਰਾ ਦਾ ਸਾਰਾ ਫਰਾਡ ਨਿਰਮਲਿਆਂ ਦਾ 1920 ਦੀ 12 ਅਕਤੂਬਰ ਤੱਕ ਚੱਲਿਆ ਹੁੰਦਾ ਰਿਹਾ। ਹੁਣ ਬੜਾ ਇੰਪੋਰਟੈਂਟ ਸਵਾਲ ਹੈ ਵੀ ਇਸ ਦੇ ਬਾਵਜੂਦ ਇਹ ਜਿਹੜਾ ਅਖੌਤੀ ਦਸਮ ਗ੍ਰੰਥ ਦੀਆਂ 3 ਕਵਿਤਾਵਾਂ ਸਾਡੇ ਖੰਡੇ ਦੀ ਪੌਲ ਦੀਆਂ ਬਾਣੀਆਂ ਕਿਵੇਂ ਬਣ ਗਈਆਂ, ਰਹਿਤ ਮਰਿਆਦਾ ਵਿੱਚ ਨਿਤਨੇਮ ਵਿੱਚ ਕਿਵੇਂ ਸ਼ਾਮਿਲ ਹੋ ਗਈਆਂ, ਬੜਾ ਸਪਸ਼ਟ ਹੋ ਜਾਂਦਾ ਜਦੋਂ ਆਪਾਂ ਇਸ ਹਿਸਟਰੀ ਨੂੰ, ਹਿਸਟਰੀ ਦਾ ਮਤਲਬ ਇਹ ਨਹੀਂ ਗਾ ਵੀ ਐਵੇਂ ਪੜ੍ਹੀ ਚਲੋ ਤਰੀਖਾਂ ਨੇ ਨਾਂ ਨੇ ਕੀ ਹੋਇਆ ਕਿਵੇਂ ਹੋਇਆ ਕਾਰਨ ਕੀ ਸੀ ਨਤੀਜਾ ਕੀ ਨਿਕਲਿਆ, ਇਹ ਤਾਂ ਪਾਰਟੀ ਦੇ ਠੀਕ ਹੈ ਇਹ ਵੀ ਜਾਣਨਾ ਚਾਹੀਦਾ ਤਾਂ ਜੋ ਅਸੀਂ ਉਹ ਗਲਤੀਆਂ ਨਾ ਕਰੀਏ ਜਿਹੜੀਆਂ ਪਹਿਲਾਂ ਹੋਈਆਂ ਅਤੇ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਸੀ ਉਹ ਅਡੋਪਟ ਕਰ ਲਈਏ। ਪਰ ਹਿਸਟਰੀ ਇਹ ਵੀ ਦੱਸਦੀ ਹੈ ਵੀ ਤੁਹਾਡੇ ਖਿਲਾਫ ਜਿਹੜਾ ਸਾਜ਼ਿਸ਼ਾਂ ਨੇ, ਇਹਦੇ 'ਚ ਸ਼ਡਯੰਤਰ ਕਹਿੰਦੇ ਆ, ਉਹ ਸਾਜ਼ਿਸ਼ਾਂ ਨੇ ਉਹ ਕਿਵੇਂ ਰਚੀਆਂ ਗਈਆਂ, ਉਹ ਸਪਸ਼ਟ ਹੋ ਜਾਂਦਾ ਜਦੋਂ ਆਪਾਂ ਇੱਥੋਂ ਦੀ ਹਿਸਟਰੀ ਦਰਬਾਰ ਸਾਹਿਬ ਦੀ ਦਾ ਪਤਾ ਕਰ ਲੈਂਦੇ ਹਾਂ, ਪਟਨਾ ਸਾਹਿਬ ਦੀ ਹਿਸਟਰੀ ਦਾ ਪਤਾ ਕਰ ਲੈਂਦੇ ਹਾਂ ਵੀ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਹ ਨਿਰਮਲਿਆਂ ਅਤੇ ਉਦਾਸੀਆਂ ਦੇ ਹੱਥ ਸੀ। ਨਿਰਮਲਿਆਂ ਨੇ ਆਪਣੇ ਗ੍ਰੰਥ ਨੂੰ ਤਾਂ ਪ੍ਰਮੋਟ ਕਰਨਾ ਹੀ ਸੀ। ਸਿੰਘ ਸਭਾ ਦੀ ਲਹਿਰ ਦੇ ਵਿੱਚ 2 ਤਰ੍ਹਾਂ ਦੇ ਲੋਕ ਸਨ, ਇੱਕ ਸਿੰਘ ਸਭਾ ਜਿਹੜੀ ਅੰਮ੍ਰਿਤਸਰ ਵਿੱਚ ਐਸਟੈਬਲਿਸ਼ ਸੀ, ਦੂਜੀ ਲਾਹੌਰ ਵਿੱਚ, ਲਾਹੌਰ ਜਿਹੜੀ ਸੀ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿਲ ਸਿੰਘ ਦੀ ਸਿੰਘ ਸਭਾ ਸੀ, ਉਹ ਜਿਹੜੀ ਕਿ ਨਿਰੋਧ ਅਤੇ ਦਾਸਾਨੀ ਸਿੱਖੀ ਦਾ ਪ੍ਰਚਾਰ ਕਰਦੇ ਸਨ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਸਨ, ਗੁਰਮਤ ਦਾ ਪ੍ਰਚਾਰ ਕਰਦੇ ਸਨ। ਅਤੇ ਦੂਸਰਾ ਸੈਂਟਰ ਸੀਗਾ ਅੰਮ੍ਰਿਤਸਰ ਦਾ ਸੈਂਟਰ, ਜਿੱਥੇ ਖੇਮ ਸਿੰਘ ਬੇਦੀ ਬੈਠਾ ਸੀਗਾ, ਜਿੱਥੇ ਪੁਜਾਰੀ ਉਹ ਬੈਠੇ ਸਨ ਜਿਹੜੇ ਕਿ ਗੱਦੀਆਂ ਲਾ ਕੇ ਬੈਠਦੇ ਸਨ, ਖੇਮ ਸਿੰਘ ਗੇਦੀ ਵਧੀਆਂ ਗੱਦੀਆਂ ਲਾ ਕੇ ਬੈਠਦੇ ਸੀ, ਔਰ ਫਰੀਦਕੋਟ ਦਾ ਰਾਜਾ ਵਿਕਰਮਾ ਸਿੰਘ ਗੱਦੀਆਂ ਲਾ ਕੇ ਬੈਠਦੇ ਸਨ, ਔਰ ਉਹ ਗਦੇਲੇ ਜਿਹੜੇ ਸਨ ਚੁੱਕੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਉੱਥੋਂ ਸੁੱਟੇ ਸਨ। ਇਹ ਉਹ ਪੁਜਾਰੀ ਸਨ, ਇਹ ਉਹ ਪੁਜਾਰੀ ਸਨ ਜਿਨ੍ਹਾਂ ਨੇ ਇਹ ਸਾਰਾ ਐਸਟੈਬਲਿਸ਼ ਕੀਤਾ ਹੋਇਆ ਸੀਗਾ, ਇਹਨਾਂ ਦੇ ਹੱਥ ਸੀ ਸਾਰਾ ਪ੍ਰਬੰਧ। ਤੇ ਸਿੰਘ ਸਭਾ ਜਿਹੜੀ ਹੈ, ਜਿਹੜੀ ਖੇਮ ਸਿੰਘ ਬੇਦੀ ਦੀ ਖੁਰਸ਼ ਸਿਰਫ ਤੁਹਾਨੂੰ ਦੱਸਦੇ ਹਾਂ, ਖੇਮ ਸਿੰਘ ਬੇਦੀ ਉਸ ਪਰਿਵਾਰ ਨਾਲ, ਸਾਹਿਬ ਸਿੰਘ ਬੇਦੀ ਜਿਹਨੇ ਰਣਜੀਤ ਸਿੰਘ ਨੂੰ ਤਿਲਕ ਦਿੱਤਾ ਸੀਗਾ ਰਾਜ ਦਾ ਸਿਧਾਂਤ 'ਚ, ਕੋਈ ਰਾਜੇ ਨੂੰ ਤਿਲਕ ਵੀ ਦਿੰਦਾ, ਮੈਂ ਤਾਂ ਇਹ ਗੱਲ ਨਹੀਂ ਸਮਝਦਾ ਵੀ ਸਿੱਖੀ 'ਚ ਕੋਈ ਤਿਲਕ ਦੇਣ ਦਾ ਕਾਨਸੈਪਟ ਹੈ ਰਾਜੇ ਨੂੰ। ਬੇਦੀ ਜਿਹੜਾ ਖੇਮ ਸਿੰਘ ਬੇਦੀ ਉਸ ਪਰਿਵਾਰ ਵਿੱਚੋਂ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਹ ਜਿਹੜਾ ਰਣਜੀਤ ਸਿੰਘ ਦਾ ਰਾਜ ਉਹਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਕਰਵਾਇਆ ਸੀ। ਗੱਦਾਰ ਸਨ ਇਹ ਪਹਿਲਾਂ ਤੋਂ ਹੀ, ਤੋਂ ਖੇਮ ਸਿੰਘ ਬੇਦੀ ਨਵਾਂ ਗੱਦਾਰ ਨਹੀਂ ਸੀ, ਗੱਦਾਰ ਪਰਿਵਾਰ ਵਿੱਚੋਂ ਸੀ। ਔਰ ਉਸਨੇ ਕਿਤਾਬ ਲਿਖਾਈ ਸੀ 1898 'ਚ ਹਮ ਹਿੰਦੂ ਹੈ, ਜਿਹਦੇ ਜਵਾਬ ਵਿੱਚ ਭਾਈ ਘਨ ਸਿੰਘ ਨਾਭਾ ਨੇ ਅਗਲੇ ਸਾਲ 1899 'ਚ ਕਿਤਾਬ ਲਿਖੀ ਹਮ ਹਿੰਦੂ ਨਹੀਂ। ਯਾਨੀ ਇਹ ਉਹ ਨੇ ਜਿਹੜੇ ਆਪਣੇ ਆਪ ਨੂੰ ਸ਼ਰਿਆਮ ਹਿੰਦੂ ਕਹਿੰਦੇ ਸਨ, ਅਤੇ ਉਹਨਾਂ ਕੋਲੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਵੀ ਉਹ ਤੁਹਾਡੇ ਖੰਡੇ ਦੀ ਪੌਲ ਦੇ ਵਿੱਚ ਹਿੰਦੂ ਕਵਿਤਾਵਾਂ ਨਹੀਂ ਪਾਉਣਗੇ, ਉਹ ਨਿਤਨੇਮ ਵਿੱਚ ਹਿੰਦੂ ਕਵਿਤਾਵਾਂ ਨਹੀਂ ਪਾਉਣਗੇ, ਬ੍ਰਾਹਮਣੀ ਕਵਿਤਾਵਾਂ ਨਹੀਂ ਪਾਉਣਗੇ, ਐਂਟੀ ਸਿੱਖ ਚੀਜ਼ਾਂ ਨਹੀਂ ਪਾਉਣਗੇ। ਹੁਣ ਤਾਂ ਸਾਡੇ ਕੋਲ ਸਬੂਤ ਹੈ ਵੀ ਆ ਜਿਹੜਾ ਜਾਪ ਹੈ ਜਿਹਨੂੰ ਕਈ ਗਲਤੀ ਨਾਲ ਜਾਪ ਸਾਹਿਬ ਵੀ ਕਹਿੰਦੇ ਆ, ਇਹਦੇ ਵਰਗੀਆਂ ਕਿਤਾਬਾਂ ਜਿਹੜੀਆਂ ਨੇ ਸਾਡੇ ਕੋਲ, ਪ੍ਰਿਥਵੀ ਰਾਜ ਰਾਸੋ ਇੱਕ ਕਿਤਾਬ ਹੈ ਚੰਦਰ ਬਰਦਾਈ ਦੀ ਸ਼ਾਇਦ, ਜਿਹੜੀ ਕਿ ਰਾਜਸਥਾਨ ਦੇ ਇੱਕ ਰਾਜੇ ਪ੍ਰਿਥਵੀ ਰਾਜ ਚੌਹਾਨ ਦੀ ਜੀਵਨੀ ਹੈ, ਉਹਦੇ 'ਚ ਤੁਹਾਨੂੰ ਆ ਜਾਪ ਦੀਆਂ ਕਈ ਚੀਜ਼ਾਂ ਮਿਲ ਜਾਣਗੀਆਂ, ਮੈਂ ਕਈ ਸਫ਼ੇ ਇਹਦੇ ਵਿੱਚੋਂ ਕਾਪੀ ਕੀਤੇ ਆ, ਇਹ ਸਵਈਏ ਜਿਹੜੇ ਇਸ ਤਰ੍ਹਾਂ ਦੇ ਵੀ ਮਿਲ ਜਾਣਗੀਆਂ। ਇਹ ਸਾਰੀਆਂ ਚੌਪਈ ਜਿਹੜੀ ਹੈ ਉਹ ਤਾਂ ਉਂਝ ਹੀ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਪੜ੍ਹਦੇ ਹਾਂ ਵੀ ਚੌਪਈ ਲਈ ਕਿੱਥੋਂ ਗਈ ਹੈ ਚਰਿੱਤਰੋਂ ਪੱਖਿਆਂ 'ਚ,
ਇਹ ਸਾਰੀ ਨਿਰਮਲਿਆ ਨੇ ਉਸ ਵੇਲੇ ਪਾਈਆਂ, ਸਿੰਘ ਸਭਾ ਵਾਲੇ ਇਸ ਨੂੰ ਕੱਢ ਨਹੀਂ ਸਕੇ ਕਿਉਂਕਿ ਜਿੱਥੋਂ ਕੱਢਣੀਆਂ ਸੀ ਅਕਾਲ ਤਖ਼ਤ ਜਿਹੜਾ ਹੈ ਦਰਬਾਰ ਸਾਹਿਬ ਜਿਹੜਾ ਹੈ ਉਹ ਉਹਨਾਂ ਨਿਰਮਲਿਆਂ ਦੇ ਕਬਜ਼ੇ ਵਿੱਚ ਸੀ ਜਿਹੜੇ ਕਿ ਸਰਕਾਰ ਦੇ ਟਾਊਟ ਦੇ ਸਿੱਖੀ ਦੇ ਗੱਦਾਰ ਸਨ। ਇਹਨਾਂ ਨੇ ਨਿਤਨੇਮ ਦੀਆਂ ਬਾਣੀਆਂ ਫਿਕਸ ਕੀਤੀਆਂ। ਅਕਾਲੀ ਦਾ ਜਦੋਂ 1920 'ਚ ਕਬਜ਼ਾ ਹੋਇਆ ਅਤੇ 1925 ਵਿੱਚ ਗੁਰਦੁਆਰਾ ਐਕਟ ਬਣਿਆ, ਅਕਾਲੀ ਲੀਡਰਾਂ ਕੋਲ ਹੋਰ ਬਹੁਤ ਸਾਰੇ ਕੰਮ ਸਨ, ਸਿਆਸੀ ਜਦੋਂ ਦੇ ਸ਼ੁਰੂ ਹੋ ਗਈ ਜਿਸ ਕਰਕੇ ਉਹ ਇਸ ਪਾਸੇ ਧਿਆਨ ਨਹੀਂ ਦੇ ਸਕੇ। ਮੈਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ 2006 ਵਿੱਚ ਦਸਮ ਗ੍ਰੰਥ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਡੀਆਂ ਅੱਖਾਂ ਖੁੱਲ੍ਹੀਆਂ, ਸਾਡੀ ਜਾਗ ਖੁੱਲ੍ਹੀ। ਅਸੀਂ ਵੀ ਪਹਿਲਾਂ ਭੁਲੇਖੇ ਸੀਗੇ ਵੀ ਕੋਈ ਅਖੌਤੀ ਦਸਮ ਗ੍ਰੰਥ ਨਹੀਂ, ਸੱਚੀ ਮੁੱਚੀ ਗੁਰੂ ਦੀ ਰਚਨਾ ਹੈ। ਪਰ ਜਦੋਂ ਅਸੀਂ ਇਹਨਾਂ ਨੂੰ ਨਿਗਾਹ ਮਾਰੀ ਵੀ ਇਹ ਰਚਨਾਵਾਂ ਗੁਰੂ ਦੀਆਂ ਹੋ ਸਕਦੀਆਂ ਨੇ, ਇਹ ਤਾਂ ਗੁਰੂ ਨੂੰ ਗਾਲ ਕੱਢਣ ਦੇ ਬਰਾਬਰ ਹੈ। ਜੇ ਤੁਸੀਂ ਕਰੀ ਚਿਤਰੋ ਪਖਿਆਨ ਪੜ੍ਹ ਜਾਓ, ਮੈਂ ਤੁਹਾਡੀ ਹਿੰਮਤ ਮੰਨਾਂਗਾ ਬਈ ਤੁਸੀਂ ਸੱਚੀ ਮੁੱਚੀ ਦੇ ਬੜੇ ਜਿਗਰੇ ਵਾਲੇ ਲੋਕੋ। ਮੈਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋਏ ਨੇ ਬੜੀ ਉਹਨਾਂ ਦੀ ਕਦਰ ਕਰਦਾ ਰਹਾਂਗਾ। ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਜ਼ਿੰਦਾਬਾਦ, ਸਿਰ ਝੁਕਦਾ ਉਹਦੇ ਅੱਗੇ, ਕੁਰਬਾਨ ਜਾਵਾਂ ਉਹਦੀ ਜਿਹੜੀ ਕੁਰਬਾਨੀ 'ਤੇ, ਭਿੰਡਰਾਂ ਵਾਲਾ ਹੋਵੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਮੈਂ ਉਹਦਾ ਸ਼ਹਿਦਾਈ ਹਾਂ, ਪ੍ਰਸ਼ੰਸਕ ਹਾਂ। ਉਹਨਾਂ ਨੇ ਇੱਕ ਗੱਲ ਕਹੀ ਸੀ, ਮੈਨੂੰ ਕਈ ਵਾਰੀ ਉਹ ਗੱਲ ਸੁਣ ਕੇ ਸੰਗ ਜੀ ਆਉਂਦੀ ਦੱਸਣ ਦੀਆਂ, ਪਰ ਕਿਉਂਕਿ ਸਿਧਾਂਤ ਦੀ ਗੱਲ ਹੈ ਦੱਸਣੀ ਜ਼ਰੂਰੀ ਹੈ। ਨਾ ਕਿਹਾ ਸੀ ਦਸਮ ਗ੍ਰੰਥ ਦੀ ਬਾਣੀ ਨੂੰ ਕੋਈ ਬੁਜ਼ਦਿਲ ਸੁਣ ਨਹੀਂ ਸਕਦਾ, ਕਾਇਰ ਸੁਣ ਨਹੀਂ ਸਕਦਾ। ਮੈਨੂੰ ਫਿਰ ਖਿਆਲ ਆਇਆ ਵੀ ਗੱਲ ਤਾਂ ਸੱਚ ਕਹੀ ਉਹਨਾਂ ਨੇ। ਚਰਿੱਤਰੋ ਪਖਿਆਨ ਵਿੱਚ ਇੰਨਾ ਗੰਦ ਹੈ, ਬੜੀ ਜ਼ੁਰਤ ਚਾਹੀਦੀ ਹੈ ਵੀ ਇਸ ਗੰਦ ਨੂੰ ਸੁਣਨ ਵਾਸਤੇ, ਬੜੀ ਵੱਡੀ ਜ਼ੁਰਤ ਚਾਹੀਦੀ ਹੈ ਵੀ ਭੈਣ ਨਾਲ ਭੋਗ ਕਰਨਾ, 24 ਘੰਟੇ ਭੋਗ ਕਰਨਾ, ਘੋੜੀ ਲੀਆਂ, ਇੱਦਾਂ ਦੀਆਂ ਗੰਦੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਦੱਸ ਹੀ ਨਹੀਂ ਸਕਦਾ। ਕੋਈ ਗੁਰੂ ਲਿਖ ਸਕਦਾ ਹੈ? ਗੁਰੂ ਇਹ ਗਾਲ ਕੱਢਣ ਦੇ ਬਰਾਬਰ ਹੈ, ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਮੈਂ ਤਾਂ ਵੀ ਨਾ ਕਹਿ ਸਕਦਾ ਤੁਹਾਡੇ ਵਿੱਚੋਂ ਕੋਈ ਵੀ ਇਸ ਨੂੰ ਪੂਰੀ ਤਰ੍ਹਾਂ ਸੁਣ ਪੜ੍ਹ ਨਹੀਂ ਸਕਦਾ, ਜੇ ਇਸਨੂੰ ਇਹਦੇ ਅਰਥ ਆਉਂਦੇ ਹੋਣ। ਇੱਕ ਗੱਲ ਹੋਰ, ਇਸ ਗ੍ਰੰਥ ਵਿੱਚ ਹੈ ਕੀ ਹੈ, ਇਸ ਅਖੌਤੀ ਗ੍ਰੰਥ ਵਿੱਚ ਹੈ ਕੀ ਹੈ? ਦੇਖੋ ਇਹਦੇ 4 ਹਿੱਸੇ ਬਣਦੇ ਨੇ ਮੁੱਖ, 600 ਤੋਂ ਉੱਪਰ ਸਫ਼ੇ ਜਿਹੜੇ ਨੇ, 1428 ਸਫ਼ਿਆਂ ਵਿੱਚੋਂ 600 ਤੋਂ ਉੱਪਰ ਸਫ਼ੇ ਨੇ ਜਿਹਦੇ 'ਚ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, 24 ਅਵਤਾਰ, ਉਹ ਨਕਲੀ ਜਿਹੜੇ ਮਿਥਾਸਕ ਦੇਵੀ ਦੇਵਤੇ ਨੇ। ਮੈਂ ਕਹਿੰਦਾ ਵੀ ਹਿੰਦੂ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਮੁਬਾਰਕ ਹੈ, ਰੱਜ ਕੇ ਕਰਨ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਹਰ ਇੱਕ ਨੂੰ ਹੱਕ ਹੈ ਆਪਣੇ ਅਕੀਦੇ ਦੀ ਪੂਜਾ ਕਰਨ ਦਾ। ਕੋਈ ਕੁਰਾਨ ਪੜ੍ਹੇ, ਕੋਈ ਬਾਈਬਲ ਪੜ੍ਹੇ, ਕੋਈ ਅੰਜੀਤ ਪੜ੍ਹੇ, ਕੋਈ ਕੁਝ ਮਰਜ਼ੀ ਪੜ੍ਹੇ, ਉਹਦਾ ਹੱਕ ਹੈ। ਪਰ ਉਹ ਹੱਕ ਉਹਨਾਂ ਦਾ ਉਹਨਾਂ ਤੱਕ ਸੀਮਤ ਹੈ। ਉਹ 600 ਸਫ਼ੇ ਜਿਹੜੇ ਨੇ ਉਹਨਾਂ ਗ੍ਰੰਥਾਂ ਦੇ ਅਨੁਵਾਦ, ਟਰਾਂਸਲੇਸ਼ਨ, ਤਰਜਮੇ ਹਨ ਜਾਂ ਐਕਸਪਲੇਨੇਸ਼ਨ ਹਨ। ਸਾਨੂੰ ਉਹਨਾਂ ਦੇ ਨਾਲ ਕੀ ਹੈ, ਯਾਨੀ ਕਿ 40% ਤਕਰੀਬਨ ਇਸ ਕਿਤਾਬ ਦਾ ਹਿੱਸਾ ਹਿੰਦੂ ਧਰਮ ਦੇ ਮਿਥਾਸ ਦੇ ਗ੍ਰੰਥਾਂ ਦਾ। ਗੁਰੂ ਗੋਬਿੰਦ ਸਿੰਘ ਟਰਾਂਸਲੇਟਰ ਸੀ, ਉਹ ਗੁਰੂ ਸੀ ਕਿ ਟਰਾਂਸਲੇਟਰ ਸੀ, ਇੰਨਾ ਥੱਲੇ ਉਸਦਾ ਦਰਜਾ ਲਿਆ ਰਹੇ ਹਾਂ। ਫਿਰ ਉਸ ਤੋਂ ਬਾਅਦ ਚਰਿੱਤਰ ਪਖਿਆਨ ਦੀ ਜਿਹੜੀ ਗੱਲ ਕੀਤੀ ਵੀ ਧੀਆਂ ਭੈਣਾਂ ਵਿੱਚ ਬੈਠ ਕੇ ਕੋਈ ਨਹੀਂ ਪੜ੍ਹ ਸਕਦਾ, ਵੈਸੇ ਤਾਂ ਮਰਦ ਵੀ ਕੋਈ ਨਹੀਂ ਪੜ੍ਹ ਸਕਦਾ, ਸਾਨੂੰ ਸੰਗ ਆਉਂਦੀ, ਆਪ ਨੂੰ ਪੜ੍ਹਨ ਲੱਗਿਆ ਇਹਨਾਂ ਦੇ ਗੰਦੇ ਲਫ਼ਜ਼ ਲਿਖੇ ਉਹਦੇ ਵਿੱਚ। 620 ਸਫ਼ੇ, 25 ਸਫ਼ੇ ਹਕਾਇਤਾਂ ਪਾ ਲਓ ਅਤੇ ਹੋਰ ਥੋੜ੍ਹੇ ਜਿਹੇ 27-28 ਸਫ਼ੇ ਹਕਾਇਤਾਂ ਪਾ ਲਓ, 650 ਸਫ਼ੇ ਉਸ ਗੰਦ ਮੰਦ ਨਾਲ ਭਰੇ ਪਏ ਆ, ਯਾਨੀ ਕਿ 1350 ਸਫ਼ਾ ਇਸ ਗੰਦ ਮੰਦ ਨਾਲ ਹੈ। ਫਿਰ ਚੰਡੀ ਚਰਿੱਤਰ ਹੈ, ਤਿੰਨ ਚੰਡੀ ਚਰਿੱਤਰ ਨੇ, ਦੁਰਗਾ ਦੀ ਪੂਜਾ ਦੀਆਂ ਤਿੰਨ ਕਹਾਣੀਆਂ ਨੇ, ਬਚਿੱਤਰ ਨਾਟਕ ਹੈ। ਬਚਿੱਤਰ ਨਾਟਕ ਦੀ ਗੱਲ ਕਰਾਂ ਤੇ ਤੁਹਾਨੂੰ ਹਾਸਾ ਵੀ ਆਏਗਾ ਤੇ ਗੁੱਸਾ ਵੀ ਆਏਗਾ, ਦੋਨੋਂ ਤਰ੍ਹਾਂ ਦਾ ਹਾਸਾ ਇਸ ਕਰਕੇ ਆਏਗਾ ਵੀ ਇੰਨੀਆਂ ਗਲਤ ਗੱਲਾਂ ਉਹਦੇ 'ਚ ਲਿਖੀਆਂ ਹੋਈਆਂ ਨੇ, ਤੁਸੀਂ ਹੱਸੋਗੇ। ਦੇਖੋ ਮੈਂ ਨਿੱਕੀ ਜਿਹੀ ਮਿਸਾਲ ਦੇਣਾ, ਉਹਦੇ 'ਚ ਲਿਖਿਆ ਵੀ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਤਪੱਸਿਆ ਕਰ ਰਹੇ ਸੀ, ਜਨਮ ਤੋਂ ਪਹਿਲਾਂ ਹੇਮਕੁੰਟ ਦੇ ਬੈਠੇ ਤਪੱਸਿਆ ਕਰ ਰਹੇ ਸੀ। ਭਾਈ ਵੀਰ ਸਿੰਘ ਨੇ ਇਹ ਵੀ ਡਮਾ ਡਰਾਮਾ ਕਰ ਦਿੱਤਾ ਕਿ ਇੱਕ ਸਿੱਖਾਂ ਨੂੰ ਪਹਾੜਾਂ ਦੇ ਵਿੱਚ ਜਾ ਕੇ ਵੀ ਜਿੱਥੇ ਹਰ ਸਾਲ 10-15-20-50 ਬੰਦੇ ਮਾਰੇ ਜਾਂਦੇ ਨੇ, ਜੇ ਹੜ੍ਹ ਆ ਜਾਣ ਤਾਂ ਹੋਰ ਵੀ ਜ਼ਿਆਦਾ ਮਾਰੇ ਜਾਂਦੇ ਨੇ, ਕਿਤੇ ਕਾਰਾਂ ਦੀਆਂ ਕਾਰਾਂ ਰੁੜ ਜਾਂਦੀਆਂ ਨੇ। ਉਹ ਸ਼ਿਵਜੀ ਦਾ ਜਿਹੜਾ ਵੱਡਾ ਬੁੱਤ ਜਿਹੜਾ ਬਣਾਇਆ ਸੀਗਾ, ਸਭ ਤੋਂ ਵੱਡਾ ਪਾਵਰਫੁਲ ਇੰਡੀਆ ਦਾ ਬੁੱਤ, ਉਹ ਵੀ ਰੁੜ ਜਾਂਦਾ। ਤਾਂ ਉਸ ਥਾਂ 'ਤੇ ਭਾਈ ਵੀਰ ਸਿੰਘ ਨੇ ਸਾਨੂੰ ਉਹ ਡਰਾਮੇ 'ਚ ਭੇਜਿਆ ਵੀ ਜੋ ਹੇਮਕੁੰਟ 'ਤੇ ਮੱਥਾ ਟੇਕ ਕੇ ਆਓ, ਜਿੱਥੇ ਪਿਕਨਿਕ ਕਰਨ ਜਾਣਾ ਹੈ, ਭਾਵੇਂ ਮਸੂਰੀ ਚਲ ਜਾਓ, ਸ਼ਿਮਲੇ ਚਲ ਜਾਓ, ਅਤੇ ਜੇ ਇੱਦਾਂ ਦੀ ਸੈਂਸ ਜਾਣਾ ਫਿਰ ਤਾਂ ਵੱਖਰੀ ਗੱਲ ਹੈ ਵੀ ਚਲੋ ਸਾਡਾ ਧਾਰਮਿਕ ਟੂਰ ਹੋ ਗਿਆ। ਪਰ ਹੇਮਕੁੰਟ 'ਤੇ ਜਾ ਕੇ ਤਪੱਸਿਆ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਭੂਤ ਸੀਗੇ ਪਿਛਲੇ ਜਨਮ 'ਚ, ਉਹਨਾਂ ਨੂੰ ਮੁਕਤੀ ਨਹੀਂ ਮਿਲੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਰੂਹ ਸੀਗੇ, ਬਾਕੀ ਸਾਰਾ ਜਿਸਮ ਖਤਮ ਹੋ ਗਿਆ ਅਤੇ ਰੂਹ ਸੀਗੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਿਰਫ ਚਾਨਣ ਸੀਗੇ,
ਕੋਈ ਵਜੂਦ ਨਹੀਂ ਦੱਸਿਆ ਵੀ ਕਿਸ ਸਰੂਪ ਵਿੱਚ ਭਗਤੀ ਕੀਤੀ, ਪਰ ਉੱਥੇ ਇੱਕ ਗੱਲ ਕਹੀ ਹੈ, ਦੋਏ ਤੇ ਇੱਕ ਰੂਪ ਹੋਏ ਗਏ ਹੋ। ਬਈ ਮੈਂ ਇੰਨੀ ਤਪੱਸਿਆ ਕੀਤੀ, ਦੋ ਤੋਂ ਇੱਕ ਰੂਪ ਹੋ ਗਿਆ, ਮੈਂ ਉਹਦੇ ਵਿੱਚ ਸਮਾ ਗਿਆ, ਫਿਰ ਭਾਈ ਸੈਪਰੇਟ ਕਿੱਥੇ ਬੈਠਾ ਹੋਇਆ ਸੀਗਾ, ਫਿਰ ਕਿੱਥੇ ਭਗਤੀ ਕੀਤਾ ਸੀ, ਕਰ ਰਿਹਾ ਸੀਗਾ, ਜਦ ਉਹ ਵਿੱਚ ਹੀ ਸਮਾ ਗਿਆ ਤੇ ਭਗਤੀ ਕਿਵੇਂ ਕਰਦਾ ਹੋਏਗਾ। ਮੈਨੂੰ ਮੇਰੀ ਹਾਸਾ ਆਉਂਦਾ ਇਸ ਤਰ੍ਹਾਂ ਦੀ ਕਹਾਣੀ ਪੜ੍ਹ ਕੇ, ਜਿੱਦਾਂ ਉਹ ਸੰਤ ਘਾਟ ਦੀ ਕਹਾਣੀ ਹੈ ਨਾ, ਵੇਈ ਨਦੀ ਦੀ, ਗੁਰੂ ਨਾਨਕ ਸਾਹਿਬ ਦੀ ਕਹਾਣੀ ਹੈ ਵੀ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਵੜੇ ਤੇ ਰੱਬ ਨਾਲ ਮੁਲਾਕਾਤ ਕੀਤੀ, ਨਾਲੇ ਕਹੀ ਜਾਂਦੇ ਹੋ ਨਾਨਕ ਨਿਰੰਕਾਰ, ਨਾਲੇ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਾਲੇ ਰੱਬ, ਦੋ ਰੱਬ ਹੋਣ ਕੇ ਇੱਕ ਗੁਰੂ ਨਾਨਕ ਰੱਬ ਸੀ, ਉੱਥੇ ਬੈਠਾ ਹੋਇਆ ਸੀਗਾ ਥੱਲੇ ਸੁਰੰਗੇ 'ਚ ਕਿਤੇ। ਇਸ ਤਰ੍ਹਾਂ ਦੀ ਗੱਲ ਜਿਹੜੀ ਹੇਮਕੁੰਟ ਦੀ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾਲੇ ਕਹਿੰਦੇ ਵੀ ਉਹ ਤਾਂ ਦੁਆਏ ਤੇ ਇੱਕ ਰੂਪ ਹੋਏ ਗਏ ਹੋ, ਫਿਰ ਵੀ ਉਹ ਰੱਬ ਭਗਤੀ ਕਰਦੇ ਤੇ ਰੱਬ ਨਾਲ ਗੱਲਾਂ ਕਰਦੇ ਆ ਤੇ ਰੱਬ ਆ ਕੇ ਉਹਨੂੰ ਬੁਲਾਉਂਦਾ ਹੈ। ਫਿਰ ਦੇਖੋ ਵਿੱਚ ਲਿਖਿਆ ਮੈਨੂੰ ਬੁਲਾਇਆ ਉਹਨਾਂ ਨੇ। ਇੱਕ ਜੀਓਗ੍ਰਾਫੀਕਲ ਗੱਲ ਦੇਖੋ, ਤੁਸੀਂ ਸਾਰੇ ਭੂਗੋਲ ਦੇ ਸਟੂਡੈਂਟ ਹੋ, ਤੁਹਾਨੂੰ ਪਤਾ ਵੀ ਕੈਲਗਰੀ ਜਾਂ ਕੈਨੇਡਾ ਦੇ ਵਿੱਚ ਜਿਹੜੇ ਇਹ ਸਾਰੇ 10 ਸੂਬੇ ਨੇ, ਇਹਦੇ 'ਚ ਕਿਹੜੀ ਥਾਂ ਕਿਸ ਤਰ੍ਹਾਂ ਹੈ। ਤੁਸੀਂ ਕਿਸੇ ਜਗ੍ਹਾ ਨੂੰ ਇਹ ਤਾਂ ਨਹੀਂ ਕਹਿੰਦੇ ਰੱਬ ਕਿਸੇ ਪਹਾੜੀ 'ਤੇ ਬੈਠਾ ਜਾਂ ਨਿਊ ਫਾਊਂਡਲੈਂਡ 'ਚ ਬੈਠਾ, ਜਾਂ ਕਿਤੇ ਉੱਪਰ ਪਰਾਂ ਪਰਲੇ ਪਾਸੇ ਗ੍ਰੀਨਲੈਂਡ 'ਤੇ ਆਈਸਲੈਂਡ 'ਚ ਬੈਠਾ, ਕਿਤੇ ਨਹੀਂ ਬੈਠਾ ਨਾ। ਪ੍ਰੋਫੈਸਰ ਇੰਦਰ ਸਿੰਘ ਘੱਗਾ ਤੁਹਾਨੂੰ ਦੱਸ ਕੇ ਵੀ ਰੱਬ ਦਾ ਸਰੂਪ ਕੀ ਹੈ, ਨਿਰਾਕਾਰ ਹੈ, ਨਿਰੰਕਾਰ। ਰੋਜ਼ ਨਿਰੰਕਾਰ ਕਹਿੰਦੇ ਹੋ, ਨਿਰੰਕਾਰ ਆਕਾਰ ਕੋਈ ਨਹੀਂ ਹੈ, ਰੂਪ ਰੰਗ ਰੇਖ ਪਿਖ ਕੁਛ ਨਹੀਂ ਹੈ ਉਹਦਾ। ਅਤੇ ਉਹ ਕਿੱਥੇ ਬੈਠਾ ਸੀਗਾ, ਇੱਕ ਜੀਓਗ੍ਰਾਫੀਕਲ ਜਗ੍ਹਾ 'ਤੇ ਬੈਠਾ ਸੀ। ਅਤੇ ਜੇ ਇਹ ਗੱਲ ਮੰਨ ਲਈ ਉੱਥੇ ਬੈਠਾ ਸੀ ਤਾਂ ਇਹਦਾ ਮਤਲਬ ਇਹ ਸਵਰਗ ਜਿਹੜਾ ਹੈ ਨਾ, ਰੱਬ ਤਾਂ ਸਵਰਗ 'ਚ ਹੀ ਹੋਏਗਾ, ਨਰਕ ਤਾਂ ਨਹੀਂ ਹੋਏਗਾ, ਅਤੇ ਸਵਰਗ ਜਿਹੜਾ ਨਾ ਹੇਮਕੁੰਟ ਵਿੱਚ ਹੈ। ਸਾਰੀ ਦੁਨੀਆਂ ਦੇ ਲੋਕਾਂ ਨੂੰ ਚਾਹੀਦਾ ਕਿ ਕਮਰਾ ਉੱਥੇ ਪਾ ਦਿਉ, ਸਵਰਗ ਹੈ, ਚਾਪੇ ਕਮਰਾ ਕਰੀਏ, ਸਵਰਗ ਲੱਭਣ ਦੀ ਲੋੜ ਹੀ ਨਹੀਂ ਗੀ। ਜੀਓਗ੍ਰਾਫੀਕਲੀ ਨੌਨਸੈਂਸ ਹੈ ਬਚਿੱਤਰ ਨਾਟਕ ਦੇ ਵਿੱਚ। ਫਿਰ ਕਹਿੰਦਾ ਵੀ ਦੇਖੋ ਨੌ ਗੁਰੂਆਂ ਦੀ ਬੇਇੱਜ਼ਤੀ ਹੈ ਇਹਦੇ 'ਚ ਬਚਿੱਤਰ ਨਾਟਕ ਵਿੱਚ, ਧਿਆਨ ਨਾਲ ਸੁਣਿਓ, ਨੌ ਗੁਰੂਆਂ ਦੀ ਬੇਇੱਜ਼ਤੀ ਕਿਵੇਂ ਕੀਤੀ ਹੈ। ਕਹਿੰਦੇ ਰੱਬ ਨੇ ਮੈਨੂੰ ਸੱਦ ਲਿਆ ਅਤੇ ਕਿਹਾ ਵੀ ਮੇਰੇ, ਮੈਂ ਬਹੁਤ ਸਾਰੇ ਬੰਦੇ ਇੱਥੇ ਭੇਜੇ ਆ ਦੇਵੀ ਦੇਵਤੇ ਬਣਾ ਕੇ, ਵੀ ਜਾ ਕੇ ਮੇਰਾ ਸੱਚੇ ਧਰਮ ਦਾ ਪ੍ਰਚਾਰ ਕਰੋ। ਕਿਸੇ ਨੇ ਕੀਤਾ, ਯਾਨੀ ਇਹ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਜਾਓ ਅਤੇ ਸੱਚੇ ਧਰਮ ਦਾ ਪ੍ਰਚਾਰ ਕਰੋ, ਬਾਕੀ ਆਪੋ ਆਪਣਾ ਧਰਮ ਚਲਾਉਂਦੇ ਰਹੇ, ਆਪਣੀ ਪੂਜਾ ਕਰਾਉਂਦੇ ਰਹੇ। ਯਾਨੀ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਵੀ ਇਹੀ ਕੰਮ ਕਰਦੇ ਨੇ। ਜੇ ਤੇ ਗੁਰੂ ਗੋਬਿੰਦ ਸਿੰਘ ਨੂੰ ਇਹ ਗੱਲ ਕਹੀ ਹੈ ਵੀ ਜਾ ਕੇ ਧਰਮ ਚਲਾ, ਇਹਦਾ ਮਤਲਬ ਨੌ ਗੁਰੂ ਜਿਹੜੇ ਨੇ ਉਹ ਵੀ ਪਾਪੀ ਨੇ। ਇੰਨੀ ਬੇਇੱਜ਼ਤੀ ਨੌ ਗੁਰੂਆਂ ਦੀ ਜਿਹੜੀ ਹੈ ਜਿਸ ਕਿਤਾਬ ਵਿੱਚ ਕੀਤੀ ਗਈ ਹੈ ਉਸ ਨੂੰ ਤੁਸੀਂ ਮੱਥਾ ਟੇਕੋਗੇ? ਅਜੇ ਤਾਂ ਹੋਰ ਗੱਲਾਂ ਨੇ, ਗੱਪਾਂ ਜੇ ਹਿਸਟਰੀ ਦੀਆਂ ਲੈਣੀਆਂ, ਇੱਕ ਗੱਪ ਹਿਸਟਰੀ ਦੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਲਵ ਕੁਸ਼ ਦੀ ਔਲਾਦ ਸਨ, ਉਸ ਲਵ ਦੀ ਪੀੜ੍ਹੀ 'ਚੋਂ ਸਨ, ਔਰ ਉਹਦੇ 'ਚ ਦੱਸਿਆ ਵੀ 11ਵੀਂ ਪੀੜ੍ਹੀ ਸਨ। ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਪੀੜ੍ਹੀ ਵਿੱਚ 25 ਸਾਲ ਦੀ ਉਮਰ 'ਚ ਅਸੀਂ ਬਾਪ ਬਣ ਜਾਂਦੇ ਹਾਂ, ਮਾਂ ਬਾਪ ਬਣ ਜਾਂਦੇ ਨਾ, ਚਲੋ ਕੋਈ ਬਹੁਤਾ ਜ਼ੋਰ ਲਾ ਲਓ, ਨਹੀਂ ਹੋ ਸਕੀ ਮੈਰਿਜ ਜਾਂ ਕੁਛ ਹੋਰ, 50 ਲਾ ਲਓ। ਇੱਕ ਪੁਸ਼ਤ ਜਿਹੜੀ ਹੈ 50 ਸਾਲ ਲਾ ਲਓ, ਇਹ ਮੈਂ ਵੈਸੇ ਵੱਧ ਕਹੀਏ, ਹਾਜ਼ਰ ਕਰ ਲਓ 50 ਸਾਲ, ਅਤੇ 11 ਪੁਸ਼ਤਾਂ ਦੱਸੀਆਂ ਉਹਦੇ 'ਚ, 11 50 550, 1469 'ਚੋਂ 550 ਕੱਢ ਦਿਓ, 919 ਲਵ 919 ਵਿੱਚ ਹੋਇਆ, ਅਤੇ ਰਾਮਚੰਦਰ ਜਿਹੜਾ 850 'ਚ ਹੋਇਆ ਹੋਵੇਗਾ। ਇਸ ਤੋਂ ਵੱਡੀ ਗੱਪ ਕੀ ਉਸ ਦੀ, ਗੱਪਾਂ ਦੀ ਤਾਂ ਹੱਦ ਹੈ ਉਹਦੇ 'ਚ, ਇੰਨੀਆਂ ਗੱਪਾਂ ਨੇ, ਹਿਸਟੋਰੀਕਲ ਗੱਪ, ਜੋਗ੍ਰਾਫੀਕਲ ਗੱਪ, ਰਿਲੀਜੀਅਸਲੀ ਗੱਪ, ਧਾਰਮਿਕ ਤੌਰ 'ਤੇ ਪਾਪ, ਉਹਨੂੰ ਅਸੀਂ ਮੱਥਾ ਟੇਕੀਏ, ਬਚਿੱਤਰ ਨਾਟਕ ਨੂੰ ਮੱਥਾ ਟੇਕਦੇ ਹਾਂ? ਅਜੇ ਤਾਂ ਇੰਨੀਆਂ ਗੱਲਾਂ ਨੇ, ਹੋਰ ਦੱਸਾਂਗਾ, ਸਮਾਂ ਨਹੀਂ ਹੈ ਨਹੀਂ ਦੱਸਦਾ। ਜ਼ਫਰਨਾਮਾ ਦੀ ਗੱਲ ਸੁਣ, ਜ਼ਫਰਨਾਮਾ ਵੀ ਕਹੀ ਜਾਂਦੇ, ਗੁਰੂ ਸਾਹਿਬ ਦੀ ਲਿਖੀ ਹੋਈ ਚਿੱਠੀ ਹੈ। ਗੁਰੂ ਸਾਹਿਬ ਨੇ ਫੋਟੋ ਕਾਪੀ ਮਸ਼ੀਨ ਰੱਖੀ ਹੋਈ ਸੀ ਦੀਨਾ ਕਾਂਗੜ ਵਿੱਚ, ਜਦੋਂ ਕਹਿੰਦਾ 22 ਦਸੰਬਰ 1705 ਦੇ ਦਿਨ ਦੀਨਾ ਕਾਂਗੜ 'ਚ ਜਾ ਕੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਹੈ, ਅਤੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਲੈ ਗਏ ਨੇ, ਤੋ ਨਾਲ ਉਹਨਾਂ ਨੇ ਫੋਟੋ ਕਾਪੀ ਮਸ਼ੀਨ ਰੱਖੀ ਸੀ, ਫੋਟੋ ਕਾਪੀ ਕਰਕੇ ਰੱਖ ਲਈ ਸੀ, ਜਾਂ ਉਹਨਾਂ ਨੇ ਥੱਲੇ ਉਹਨਾਂ ਨੇ ਕਾਰਬਨ ਰੱਖਿਆ ਸੀ ਅਤੇ ਕਾਰਬਨ ਕਰ ਲਈ ਸੀ ਵੀ ਇਹ ਚਿੱਠੀ ਬਾਅਦ 'ਚ ਅਸੀਂ ਕਵਿਤਾ ਦੇ ਰੂਪ 'ਚ ਛਾਪ ਦੇਣੀ ਹੈ। ਕੋਈ ਉਤਾਰੇ ਨਹੀਂ ਸੀ ਕੀਤੇ ਜਾਂਦੇ ਜਿਹੜੀ ਚਿੱਠੀ ਲਿਖੀ ਜਾਂਦੀ ਸੀ, ਕੋਈ ਆਪਣੇ ਕੋਲ ਰਿਕਾਰਡ ਨਹੀਂ ਸੀ ਰੱਖਦਾ, ਫਿਰ ਇੱਕੋ ਚਿੱਠੀ ਸਾਰੀ ਹਿਸਟਰੀ ਵਿੱਚ 200 ਸਾਲ ਵਿੱਚ ਇੱਕ ਗੁਰੂ ਸਾਹਿਬ ਨੇ ਆਪਣੀ ਉਹ ਚਿੱਠੀ ਸੰਭਾਲ ਕੇ ਰੱਖੀ ਜਿਹੜੀ ਲਿਖੀ ਸੀ, ਹੱਥ ਹੁੰਦੀ ਗੱਪ। ਫਿਰ ਤੁਸੀਂ ਦੇਖੋ, ਬਹੁਤਾ ਨਹੀਂ ਕਹਾਂਗਾ ਟਾਈਮ ਮੁਤਾਬਕ, ਇੱਕ ਉਹਦੇ 'ਚ ਲਿਖਿਆ ਵੀ ਜਦੋਂ ਚਮਕੌਰ ਦੀ ਗੜੀ ਵਿੱਚ ਅਸੀਂ 40 ਭੁੱਖੇ ਪਾਣੇ ਘਿਰ ਗਏ ਤੇ 10 ਲੱਖ ਫੌਜ ਨੇ ਘੇਰ ਲਿਆ। ਹੁਣ ਗੱਪ ਦੇ ਵੀ ਹੱਥ ਹੁੰਦੀ ਹੈ। ਤੁਹਾਡੇ 'ਚ ਜੇ ਕੋਈ ਹਿਸਟਰੀ ਦੇ ਸਟੂਡੈਂਟ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਮੁਗਲਾਂ ਦੀ ਟੋਟਲ ਫੌਜ 1,20,000 ਸੀ,
ਔਰੰਗਜ਼ੇਬ ਔਰੰਗਾਬਾਦ ਵਿੱਚ ਬੈਠਾ ਸੀ, ਮਹਾਰਾਸ਼ਟਰ ਦੇ ਇਲਾਕੇ ਵਿੱਚ ਉਸ ਜਗ੍ਹਾ ਤੇ ਬੈਠਾ ਸੀ, ਤੇ ਉਹਨੂੰ ਵੀ ਕੋਈ ਫੌਜ ਚਾਹੀਦੀ ਹੋਣੀ ਨਾ, ਬਾਕੀ ਸੂਬਿਆਂ ਨੂੰ ਵੀ ਥੋੜ੍ਹੀ ਜਿਹੀ ਪ੍ਰੋਟੈਕਸ਼ਨ ਦੀ ਫੌਜ ਹੋਣੀ ਚਾਹੀਦੀ ਹੈ ਨਾ, ਤੇ 1,20,000 ਚੋਂ ਜੇਕਰ ਥੋੜ੍ਹਾ ਜਿਹਾ ਹਿੱਸਾ ਰੱਖਣਾ ਵੀ ਹੋਵੇ, ਤੇ ਔਰੰਗਜ਼ੇਬ ਨੂੰ ਖਬਰ ਵੀ ਪਹੁੰਚ ਗਈ ਔਰੰਗਾਬਾਦ ਵਿੱਚ, ਉਹਨੇ ਮੋਬਾਈਲ ਤੇ ਆਰਡਰ ਵੀ ਕਰ ਦਿੱਤਾ ਵੀ ਸਾਰੀ ਫੌਜ ਜਿਹੜੀ ਨਾ ਹੈਲੀਕਾਪਟਰਾਂ ਤੇ ਪਹੁੰਚ ਜਾਓ, ਉੱਥੇ ਚਮਕੌਰ ਨੂੰ ਘੇਰਾ ਪਾ ਲਓ, ਤਾਂ ਹੀ ਹੋ ਸਕਦਾ ਵੀ ਸਾਰੀ ਫੌਜ ਪਹੁੰਚੀ ਹੋਵੇ। 1,20,000 ਟੋਟਲ ਫੌਜ ਹੈ ਤੇ ਉੱਥੇ 10,00,000 ਫੌਜ, ਚਲੋ ਮੈਂ ਕਹਿੰਦਾ ਫਿਜ਼ੀਕਲੀ ਕੋਈ ਤਰੀਕਾ ਲੱਭ ਵੀ ਲਿਆ ਹੋਵੇ, ਉਹ ਗਰੁੜ ਤੇ ਚੜ੍ਹ ਕੇ ਕੋਈ ਚੜ੍ਹ ਜਾਂਦੇ ਨਾ, ਸ਼ਾਇਦ ਕੋਈ ਮੰਤਰ ਮਾਰਿਆ ਹੋਵੇ, ਫੂਕ ਮਾਰ ਦਿੱਤੀ, ਚਾਰ ਦਰਵੇਸ਼ ਫਿਲਮ ਵਾਂਗੂ ਫੂਕ ਮਾਰਤੀ, ਸਾਰੀ ਫੌਜ ਉੱਥੇ ਪਹੁੰਚ ਗਈ। ਉਸ ਮੰਤਰ ਦੇ ਹਿਸਾਬ ਨਾਲ ਜੇ ਤੁਸੀਂ ਲੈਣੇ ਚਮਕੌਰ ਪਿੰਡ ਤੋਂ ਦਿੱਲੀ ਤੱਕ ਬੰਦੇ ਖੜੇ ਕਰਦੇ ਹੋ ਤਾਂ ਵੀ 10,00,000 ਨਹੀਂ ਖੜੇ ਹੁੰਦੇ। ਗੱਪਾਂ ਦੀ ਵੀ ਹੱਦ ਹੈ, ਬਾਕੀ ਤਾਂ ਗੱਲਾਂ ਛੱਡੋ, ਬਈ ਉਹਦੇ 'ਚ ਜੋ ਕੁਛ ਗੱਲਾਂ ਲਿਖੀਆਂ ਹੋਈਆਂ ਔਰੰਗਜ਼ੇਬ ਉਹਨਾਂ ਨੂੰ ਪੜ੍ਹ ਕੇ ਕਿਸੇ ਹਾਲਤ ਵਿੱਚ ਵੀ ਆਪਣੇ ਦੋ ਵੱਡੇ ਅਫਸਰ, ਇੱਕ ਅਹਿਦਿਆ ਅਤੇ ਇੱਕ ਗੁਰਜ ਬਰਦਾਰ, ਅਤੇ ਨਾਲ ਦੋ ਚਿੱਠੀਆਂ ਸਰਹੰਦ ਅਤੇ ਲਾਹੌਰ ਦੇ ਸੂਬੇਦਾਰ ਨੂੰ ਨਹੀਂ ਸੀ ਲਿਖ ਸਕਦਾ। ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਨੂੰ ਗੁੱਸਾ ਆਉਣਾ ਸੀ। ਔਰੰਗਜ਼ੇਬ ਬਹੁਤ ਗੁਸੈਲ ਬੰਦਾ ਸੀ, ਇਹ ਉਹਦੇ ਸਾਰੇ ਜਿਹੜੇ ਬਾਇਓਗ੍ਰਾਫੀ ਜੀਨੀਅਰ ਉਹਦੇ ਲਿਖਦੇ ਉਹ ਸਾਰੇ ਕਹਿੰਦੇ ਆ ਵੀ ਬਹੁਤ ਗੁਸੈਲ ਬੰਦਾ ਸੀ, ਇੱਦਾਂ ਦੀ ਗੱਲ ਉਹ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦਾ। ਚਲੋ 13 ਨਵੰਬਰ 2006 ਦੇ ਦਿਨ ਇਹਨਾਂ ਨੇ 400 ਸਾਲਾ ਦਿਨ ਮਨਾਇਆ ਅਖੌਤੀ ਦਸਮ ਗ੍ਰੰਥ ਦੀ ਸੰਪੂਰਨਤਾ ਦਾ, ਬਈ ਇਹਦਨ ਪੂਰਨ ਹੋਇਆ ਸੀ। ਕਿੱਡੀ ਵੱਡੀ ਗੱਪ ਹੈ ਵੀ ਉਸ ਕਿਤਾਬ ਵਿੱਚ ਇੱਕ ਕਵਿਤਾ ਆਉਂਦੀ ਹੈ, ਲੱਖੀ ਜੰਗਲ ਖਾਲਸਾ ਆਏ ਦੀਦਾਰ ਦੇ ਤੋਨੀ, ਸੁਣ ਕੇ ਸਦ ਮੇਹੀ ਦਾ ਮਾਹੀ, ਸੁਣ ਕੇ ਸਦ ਮਾਹੀ ਦਾ ਮੇਹੀ, ਮੱਝਾਂ ਨੇ ਪਾਣੀ ਘਾਹ ਮੁੱਤੋ ਨੀ। ਇਹਦਾ ਮਤਲਬ ਇਹ ਘਟਨਾ ਉਦੋਂ ਉਸ ਕਰੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤਲਵੰਡੀ ਸਾਬੋ ਪਹੁੰਚ ਚੁੱਕੇ ਨੇ, 16 ਜਨਵਰੀ 1706 ਨੂੰ ਉੱਥੇ ਪਹੁੰਚੇ ਆ, 30 ਅਕਤੂਬਰ 1706 ਤੱਕ ਉੱਥੇ ਰਹੇ ਨੇ। ਤੋ ਇਹ ਕਹਿੰਦੇ ਸੰਪੂਰਨ ਹੋ ਗਿਆ 13 ਨਵੰਬਰ ਨੂੰ ਦਿਆਲਪੁਰਾ ਪਾਈਕਾ ਵਿੱਚ, ਇਹ ਕਵਿਤਾ ਪਹਿਲਾਂ ਹੀ ਉਹਨਾਂ ਨੇ ਲਿਖ ਦਿੱਤੀ ਸੀ ਪੂਰਵ ਜਨਮ ਵਿੱਚ, ਜਿੱਦਾਂ ਗੱਲਾਂ ਕਰਦੇ ਸ਼ਾਇਦ ਪੂਰਵ ਜਨਮ ਵਿੱਚ ਲਿਖ ਛੱਡੀ ਹੋਵੇ ਵੀ ਉੱਥੇ ਮੈਂ ਪਹੁੰਚਾਂਗਾ, ਇਹ ਕਵਿਤਾ ਲਿਖੀ ਹੈ। ਅੰਦਰੂਨੀ ਗਵਾਹੀ ਦੇਖੋ ਇਸ ਕਿਤਾਬ ਦੀ ਵੀ ਇੰਨੀਆਂ ਗੱਪਾਂ ਨੇ, ਹਿਸਟਰੀ ਦੇ ਤੌਰ ਤੇ ਗਾਰਬੇਜ, ਰੂਹਾਨੀਅਤ ਦੇ ਤੌਰ ਤੇ ਨੌਨਸੈਂਸ, ਕੂੜਾ ਕਰਕਟ, ਪਾਪ ਦੀ ਰਚਨਾ ਹੈ। ਗੁਰੂ ਸਾਹਿਬ ਨੂੰ ਟਰਾਂਸਲੇਟਰ ਔਰ ਇਰੋਟਿਕ ਲਿਟਰੇਚਰ ਦੇ ਰਾਈਟਰ ਕਹਿਣਾ, ਇਸ ਤੋਂ ਵੱਡੀ ਬੇਇੱਜ਼ਤੀ ਨਹੀਂ ਹੋ ਸਕਦੀ, ਗੁਰੂ ਸਾਹਿਬ ਨੂੰ ਗਾਲੀ ਨਹੀਂ ਹੋ ਸਕਦੀ। ਜਿਹੜੇ ਇਹ ਕਰਦੇ ਨੇ ਮੈਂ ਤਾਂ ਸਮਝਣਾ ਉਹ, ਮੈਂ ਤਾਂ ਨਰਕ ਸੁਰਗ ਨੂੰ ਮੰਨਦਾ ਨਹੀਂ, ਇਹ ਤਾਂ ਮੰਨਦੇ ਨੇ, ਪਰ ਜੇ ਇਹ ਕਰੀ ਜਾਣਦੇ ਨਾ ਇਹ ਸੱਚੀ ਮੁੱਚੀ ਨਰਕ ਦੇ ਭਾਗੀ ਨੇ। ਆਪਾਂ ਤਾਂ ਨਰਕ ਨੂੰ ਮੰਨਦੇ ਨਹੀਂ ਗੇ, ਪਰ ਜੇ ਮੰਨਦੇ ਨੇ, ਇਹ ਮੰਨਦੇ ਨੇ ਤੇ ਇਹਨਾਂ ਨੂੰ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ, ਜੋ ਕੁਛ ਗੁਰੂ ਸਾਹਿਬ ਦੇ ਨਾਂ ਨਾਲ ਇਹੋ ਜਿਹਾ ਗੰਦ ਮੰਦ ਜੋੜ ਰਹੇ ਨੇ। ਔਰ ਇਹ ਨਿਰਮਲਿਆ ਨੇ ਸਾਡੇ ਨਿਤਨੇਮ ਚ ਪਾ ਦਿੱਤਾ, ਸਾਡੀ ਅਮਰ ਦੀਆਂ ਬਾਣੀਆਂ ਵਿੱਚ ਪਾ ਦਿੱਤਾ। ਹਾਲਾਂਕਿ ਪੁਰਾਣੀਆਂ ਕਿਤਾਬਾਂ ਪੜ੍ਹੋ ਤੁਸੀਂ, ਗੁਰਕੀਆਂ ਸਾਖੀਆਂ ਨੇ, ਹੋਰ ਕਿਤਾਬਾਂ ਨੇ ਜਿਹਨਾਂ ਵਿੱਚ ਜ਼ਿਕਰ ਹੈ ਕਿ ਜਦੋਂ ਪਹਿਲੀ ਵਾਰੀ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਦਿੱਤੀ, ਜਿਹਨੂੰ ਆਪਾਂ ਕਈ ਲੋਕ ਅੰਮ੍ਰਿਤ ਛਕਣਾ ਵੀ ਕਹਿੰਦੇ ਆ, ਅੰਮ੍ਰਿਤ ਛਕਾਉਣਾ ਕਹਿੰਦੇ ਆ, ਤਾਂ ਗੁਰੂ ਸਾਹਿਬ ਨੇ ਇੱਕ ਥਾਂ 'ਤੇ ਆਉਂਦਾ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ, ਕਿਤੇ ਲਿਖਿਆ ਜਪਜੀ ਸਾਹਿਬ ਦੇ, ਜਪਜੀ ਸਾਹਿਬ ਪੜ੍ਹਿਆ, ਇਹ ਆਪਣੇ ਕੋਲੋਂ ਹੀ ਉਹਦੇ 'ਚ ਨਿਰਮਲਿਆ ਨੇ ਇਹ ਵੀ ਕਹਾਣੀਆਂ ਪਾ ਦਿੱਤੀਆਂ, ਕਿਉਂਕਿ ਕਿਤਾਬਾਂ ਦੇ ਬਾਅਦ 'ਚ ਸਾਰੀਆਂ ਇਹਨਾਂ ਲਿਖਿਆ 1780 ਤੋਂ ਲੈ ਕੇ ਅਤੇ 1840 ਤੱਕ ਇਹਨਾਂ ਨੇ ਰੱਜ ਕੇ ਲਿਟਰੇਚਰ ਲਿਖਿਆ, ਜਿਹਨੂੰ ਕੋਈ 1710 ਤੱਕ ਕਹਿ ਦਿੰਦੇ ਆ, ਕੋਈ 17ਵੀਂ ਸਦੀ ਦਾ, ਕੋਈ 16ਵੀਂ ਸਦੀ ਦਾ ਕਹਿ ਕੇ ਸਿੱਖਾਂ ਵਿੱਚ ਪ੍ਰਚਾਰ ਕੀਤਾ। ਤੋ ਇਹ ਸਾਰੇ ਦਾ ਸਾਰਾ ਜੋ ਹੈ ਨਿਤਨੇਮ ਅਸਲ 'ਚ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਸਫ਼ੇ ਨੇ। ਗੁਰੂ ਸਾਹਿਬ ਨੂੰ ਕੀ ਲੋੜ ਸੀ ਵੀ ਇਹ ਵਿੱਚੋਂ ਅੰਦਰੋਂ ਕੱਢ ਕੇ ਅਸਲ ਜਿਹੜਾ ਤੱਤ ਹੈ ਉਹ ਪਹਿਲਾਂ ਰੱਖ ਦਿੰਦੇ? ਇਸੇ ਕਰਕੇ ਰੱਖਿਆ ਸੀ ਵੀ ਤੁਸੀਂ ਆਪਣਾ ਨਿਤਨੇਮ ਕਰਨਾ ਹੋਵੇ ਇਹ ਕਰੋ। ਵੈਸੇ ਤਾਂ ਨਿਤਨੇਮ ਦਾ ਮਤਲਬ ਇਹ ਰੋਜ਼ ਨਾਮ ਚਾਹ, ਰੋਜ਼ ਨਾਮ 'ਚ ਤੁਸੀਂ ਸਾਰਾ ਨਾਂ 13 ਸਫ਼ੇ ਪੜ੍ਹੋ, ਇੱਕ ਸ਼ਬਦ ਪੜ੍ਹ ਲਓ, ਇੱਕ ਸ਼ਬਦ ਦੀ ਇੱਕ ਲਾਈਨ ਪੜ੍ਹ ਲਓ, ਇੱਕ ਲਫ਼ਜ਼ ਵੀ ਪੜ੍ਹ ਲਓ, ਉਹਦਾ ਮੀਨਿੰਗ ਸਮਝੀਏ, ਸੁਣਿਆ ਮੰਨਿਆ ਮਨ ਕੀਤਾ ਭਾਉ ਕਰੀਏ, ਸੁਣੀਏ ਉਸਨੂੰ ਮੰਨੀਏ, ਉਹਦੇ 'ਤੇ ਅਕੀਦਾ ਰੱਖੀਏ, ਫਿਰ ਪਿਆਰ ਕਰੀਏ ਉਹਦੇ ਨਾਲ, ਯਾਨੀ ਗੁਰਬਾਣੀ ਬਣੀਏ, ਉਸਨੂੰ ਆਪਣੇ ਜੀਵਨ ਵਿੱਚ ਅਪਲਾਈ ਕਰੀਏ, ਉਹਦੇ 'ਤੇ ਅਮਲ ਕਰੀਏ, ਇਹ ਹੈ ਗੁਰਬਾਣੀ। ਸੋ ਇਹ 13 ਸਫ਼ੇ ਹੀ ਜਿਹੜੇ ਹਨ ਨਿਤਨੇਮ ਨੇ, ਅਤੇ ਇਹੀ 13 ਸਫ਼ੇ ਆ ਜਿਹੜੇ ਖੰਡੇ ਦੀ ਪੌਲ ਦੀਆਂ ਬਾਣੀਆਂ ਬਣ ਸਕਦੇ ਆ। ਭਾਵੇਂ ਜਪਜੀ ਸਾਹਿਬ ਪੜ੍ਹੋ, ਭਾਵੇਂ 5 ਸ਼ਬਦ ਪੜ੍ਹੋ, ਭਾਵੇਂ ਇਕੱਲਾ ਤੁਸੀਂ ਮੰਗਲਾਚਰਨ, ਜਿਹਨੂੰ ਕਈ ਲੋਕ ਗਲਤੀ ਨਾਲ ਮੂਲ ਮੰਤਰ ਵੀ ਕਹਿੰਦੇ ਆ, 1 ਓਂਕਾਰ ਤੋਂ ਗੁਰਪ੍ਰਸਾਦ ਤੱਕ ਇਹ ਮੰਗਲਾਚਰਨ ਭਾਵੇਂ ਪੜ੍ਹ ਲਓ, ਭਾਵੇਂ ਸਿਰਫ ਤੁਸੀਂ ਮਨੋ ਅਰਦਾਸ ਕਰਕੇ ਪੌਲ ਦੇ ਦਿਓ, ਪੌਲ ਖੰਡੇ ਦੀ ਪੌਲ ਜਿਹਨੂੰ ਅੰਮ੍ਰਿਤ ਛਕਣਾ ਵੀ ਕਹਿਣ ਲੱਗ ਪਏ ਨੇ, ਉਹ ਇੱਕ ਪ੍ਰਣ ਹੈ, ਉਹ ਇੱਕ ਵਾਅਦਾ ਹੈ ਕਿ ਮੈਂ ਇਸ ਰਸਤੇ 'ਤੇ ਚੱਲਾਂਗਾ, ਉਹ ਸ਼ੁਰੂਆਤ ਹੈ ਸਾਡੀ ਜ਼ਿੰਦਗੀ ਦੀ ਕਿ ਅਖੌਤੀ ਦਸਮ ਗ੍ਰੰਥ ਸਿੱਖੀ ਉੱਤੇ
ਇਸ ਸਦੀ ਦਾ ਸਭ ਤੋਂ ਵੱਡਾ ਹਮਲਾ ਹੈ ਤੇ ਜੇ ਅਸੀਂ ਇਸ ਹਮਲੇ ਤੋਂ ਚੌਕਸ ਹੋ ਕੇ ਬਚ ਗਏ ਤਾਂ ਸਿੱਖੀ ਦੇ ਬਚਨ ਦੀ ਉਮੀਦ ਰਹਿ ਸਕਦੀ ਹੈ ਤੇ ਅਦਰਵਾਈਜ਼ ਅਸੀਂ ਇਸ ਬ੍ਰਹਮਣੀ ਹਮਲੇ ਦਾ ਸ਼ਿਕਾਰ ਹੋ ਜਾਵਾਂਗੇ। ਮੈਨੂੰ ਉਮੀਦ ਹੈ ਕਿ ਸਿੱਖ ਇਸ ਗੱਲ ਬਾਰੇ ਚੌਕਸ ਹਨ, ਚੌਕਸ ਰਹਿਣਗੇ। ਤੁਹਾਡੀ ਗਿਣਤੀ ਦੱਸ ਲਈ ਵੀ ਕਿਸ ਤਰ੍ਹਾਂ ਤੁਸੀਂ ਉਹਨੂੰ ਆ ਕੇ ਪੁੱਜੇ ਹੋ ਕਿ ਕਿਸ ਤਰ੍ਹਾਂ। ਮੈਨੂੰ ਪਤਾ ਲੋਕ ਇਹ ਚੀਜ਼ ਨੂੰ ਇਹਦੀਆਂ ਵੀਡੀਓ ਵੇਖਣ ਵਾਸਤੇ ਬੜੇ ਤੀਬਰ ਨੇ ਵੀ ਸਾਨੂੰ ਦੱਸੋ ਕੀ ਹੋਇਆ, ਤੁਸੀਂ ਕੀ ਗੱਲਾਂ ਕੀਤੀਆਂ ਨੇ, ਅਸੀਂ ਸਮਝਣਾ ਚਾਹੁੰਦੇ ਹਾਂ। ਸੋ ਮੁਬਾਰਕ ਹੈ ਤੁਹਾਨੂੰ ਕਿ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਆਪਾਂ ਸਾਰੇ ਸਮਝੀਏ ਅਤੇ ਅਸਲ ਦੁਸ਼ਮਣ ਦੀ ਪਛਾਣ ਕਰੀਏ, ਫਿਰ ਸਾਡੇ ਰਸਤੇ ਵਿੱਚ ਕੋਈ ਓਬਸਟੇਕਲ, ਕੋਈ ਰੁਕਾਵਟ ਨਹੀਂ ਆਏਗੀ, ਅਸੀਂ ਆਪਣੀ ਮੰਜ਼ਿਲ ਵੱਲ ਤੁਰ ਸਕਾਂਗੇ। ਤੁਸੀਂ ਬੜੀ ਸਕੂਨ ਨਾਲ, ਪਿਆਰ ਨਾਲ, ਧੰਮਲ ਨਾਲ ਸੁਣਿਆ, ਤੁਹਾਡਾ ਸ਼ੁਕਰੀਆ। ਇੰਤਜ਼ਾਮ ਕਰਨ ਵਾਲਿਆਂ ਦਾ ਸ਼ੁਕਰੀਆ ਜਿਨ੍ਹਾਂ ਨੇ ਇਸ ਸਾਰੇ ਇਕੱਠ ਨੂੰ ਅੰਜਾਮ ਦਿੱਤਾ। ਬੜਾ ਵੱਡਾ ਸਟੈਪ ਹੈ ਇਹਨਾਂ ਨੇ ਜੋ ਕੁਛ ਕੀਤਾ। ਖਾਸ ਕਰਕੇ ਮੈਂ ਹਰਚਰਨ ਸਿੰਘ ਪਰਹਾਰ, ਮਨਦੀਪ ਸਿੰਘ ਵਰਨਨ, ਇਹਨਾਂ ਸਾਰਿਆਂ ਦਾ ਮੈਨੂੰ ਸਾਰੇ ਦੇ ਨਾਂ ਨਹੀਂ ਪਤਾ, ਸਾਰੇ ਇੱਕੋ ਜਿਹੀ ਸੇਵਾ ਕਰਦੇ ਰਹੇ ਨੇ, ਜੇ ਇਹਨਾਂ ਦੇ ਪਰਿਵਾਰ ਜਿਹੜੇ ਨੇ ਨਾਲ ਸਾਡੇ ਸੇਵਾ ਕੀਤੀ, ਜਿਹਨਾਂ ਨੇ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਅਤੇ ਆਓ ਆਪਾਂ ਆਪਣੇ ਮਨ ਵਿੱਚ ਜੋ ਸਬਕ ਸਿੱਖਦੇ ਹਾਂ ਉਹ ਸਦਾ ਵਾਸਤੇ ਵਸਾਈਏ। ਲੋਕ ਸੁਖੀ ਪਰ ਲੋਕ ਸੁਖਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸੀਕੁਐਂਸ ਵਿੱਚ ਮੈਨੂੰ ਸਲਿੱਪਾਂ ਮਿਲੀਆਂ ਉਸੇ ਸੀਕੁਐਂਸ ਵਿੱਚ ਜਵਾਬ ਦੇ ਰਿਹਾ। ਸਭ ਤੋਂ ਪਹਿਲਾਂ ਸਵਾਲ ਵੀ, ਦੁੱਖ ਭੰਜਨੀ ਬੇਲੀ ਵਾਲੀ ਕਥਾ ਕਾਲੇ ਕਾਂ ਵੱਗੇ ਹੋ ਕੇ ਨਿਕਲੇ, ਇਹ ਗੱਲ ਕਦੋਂ ਅਤੇ ਕਿਵੇਂ ਬਣੀ? ਗੁਰਬਾਣੀ ਚ ਕਰਾਮਾਤ ਦੀ ਕੋਈ ਥਾਂ ਨਹੀਂ ਹੈ। ਡਾਕਟਰ ਮਹਿੰਦਰ ਸਿੰਘ ਜੀ ਦਾ ਸਵਾਲ ਹੈ, ਬੜਾ ਅਹਿਮ ਸਵਾਲ ਹੈ। ਵੈਸੇ ਤਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਉਹਨਾਂ ਨੇ ਕਿਤਾਬ ਬੜੀ ਸੋਹਣੀ ਲਿਖੀ ਹੈ, ਜਿਹਦੇ 'ਚ ਇਹਨਾਂ ਝੂਠੀਆਂ ਸਾਖੀਆਂ ਦੇ ਬਾਰੇ ਵਿੱਚ ਉਹਨਾਂ ਨੇ ਨਿਖੇੜ ਕੀਤਾ ਹੈ। ਅਤੇ ਮੈਂ ਵੀ ਇਹਦੇ ਬਾਰੇ ਵਿੱਚ ਆਪਣੀ ਸਿੱਖ ਤਾਰੀਖ ਦੀ ਪਹਿਲੀ ਜਿਲਦ ਵਿੱਚ ਜ਼ਿਕਰ ਕੀਤਾ ਵੀ ਇਹ ਜਿਹੜੀ ਕਹਾਣੀ ਹੈ ਵੀ ਉੱਥੇ ਦੁੱਖ ਭੰਜਨੀ ਬੇਲੀ, ਉਹ ਪਹਿਲਾਂ ਇੱਕ ਤਲਾਅ ਸੀ ਮੌਜੂਦ, ਇੱਕ ਛੱਪੜ ਮੌਜੂਦ ਸੀ, ਉਹ 'ਚ ਰਜਨੀ ਆਈ ਅਤੇ ਉਹਦਾ ਘਰ ਵਾਲੇ ਨੇ ਇਸ਼ਨਾਨ ਕੀਤਾ ਅਤੇ ਉਹ ਕੋਹੜੀ ਤੋਂ ਬੰਦਾ ਬਣ ਗਿਆ ਸਹੀ, ਕਾਲੇ ਕਾਂ ਜਿਹੜੇ ਸੀ ਬੜੇ ਅਤੇ ਉਹ ਹੰਸੋ ਹੋ ਕੇ ਨਿਕਲੇ। ਇਹ ਗੱਪ ਕਹਾਣੀ ਜਿਹੜੀ ਹੈ ਸਿਰਫ ਸਿੱਖਾਂ ਦੇ ਹਿਸਟਰੀ ਵਿੱਚ ਨਹੀਂ ਸ਼ਾਮਿਲ ਕੀਤੀ ਗਈ, ਹੋਰ ਕਈ ਧਰਮਾਂ ਵਿੱਚ ਵੀ ਸ਼ਾਮਿਲ ਹੈ। ਹਿੰਦੂ ਧਰਮ ਦੀਆਂ ਪੰਚਤੰਤਰ ਦੀਆਂ ਕਹਾਣੀਆਂ 'ਚ ਇਹੋ ਜਿਹੀਆਂ ਗੱਲਾਂ ਤੁਹਾਨੂੰ ਆਮ ਮਿਲ ਜਾਣਗੀਆਂ। ਅਤੇ ਇਹ ਇਸ ਕਰਕੇ ਕੀਤੀ ਗਈ, ਨਿਰਮਲਿਆ ਨੇ ਇਹਨੂੰ ਸ਼ੁਰੂ ਕੀਤਾ। ਤੁਹਾਨੂੰ ਮੈਂ ਦੱਸਾਂ ਵੀ ਪੰਜ ਜਨਮ ਸਾਖੀਆਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ, ਉਹਨਾਂ 'ਚੋਂ ਇੱਕ ਹੈ ਵਿਲਾਇਤ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਅਤੇ ਇਸ ਤੋਂ ਬਾਅਦ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਹੈ ਜਿਹੜੀ ਜਨਮ ਸਾਖੀ, ਅਤੇ ਵਿਲਾਇਤ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ। ਇਹਨਾਂ ਜਨਮ ਸਾਖੀਆਂ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਭਰੀਆਂ ਗਈਆਂ, ਔਰ ਉਹ ਕਹਾਣੀਆਂ ਦੇ ਵਿੱਚ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਘੜੀ ਗਈ ਉਹ ਹੈਗੇ ਆ ਸੂਰਤ ਸਿੰਘ ਨਿਰਮਲਾ ਗਿਆਨੀ ਸੰਤ ਸਿੰਘ ਦਾ ਬਾਪ ਸੀ ਜਿਸ ਨੇ ਇਹ ਕਹਾਣੀ ਸਭ ਤੋਂ ਪਹਿਲੀ ਵਾਰੀ ਮੈਨਸ਼ਨ ਕੀਤੀ ਹੈ। ਯਾਨੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਨਿਰਮਲਿਆ ਨੇ ਜਿੱਥੇ ਦਸਮ ਗ੍ਰੰਥ ਕ੍ਰੀਏਟ ਕੀਤਾ ਉੱਥੇ ਇਹੋ ਜਿਹੀਆਂ ਕਹਾਣੀਆਂ ਘੜ ਕੇ ਅਤੇ ਸਿੱਖਾਂ ਨੂੰ ਪਵਨ ਗੁੱਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਕਿਉਂ ਘੜੀ ਗਈ ਕਹਾਣੀ, ਇਹ ਸਵਾਲ ਹੈ। ਕਹਾਣੀ ਇਸ ਕਰਕੇ ਘੜੀ ਗਈ ਵੀ ਇਹ ਦੱਸਣ ਦੇ ਕਿ ਗੁਰੂ ਸਾਹਿਬ ਨੇ ਜਿਹੜਾ ਇਹ ਥਾਂ ਬਣਾਈ ਹੈ ਨਾ, ਇਹ ਉਹਨਾਂ ਨੇ ਆਪ ਵੀ ਬਣਾਈ ਹੈ ਅਤੇ ਪਹਿਲਾਂ ਮੌਜੂਦ ਸੀਗੀ। ਇਹ ਪਹਿਲਾਂ ਹਿੰਦੂ ਧਰਮ ਦਾ ਇੱਕ ਜਿਹੜਾ ਪਵਿੱਤਰ ਤੀਰਥ ਸੀ ਜਿੱਥੇ ਸਿੱਖਾਂ ਨੇ ਕਬਜ਼ਾ ਕਰ ਲਿਆ। ਇਹ ਕੌਨਸਪੀਰੇਸੀ ਸੀ ਵੀ ਇਸ ਨੂੰ ਹਿੰਦੂਆਂ ਦਾ ਪ੍ਰਾਚੀਨ ਕੇਂਦਰ ਜਿਹੜਾ ਉਹ ਸਾਬਿਤ ਕੀਤਾ ਜਾ ਸਕੇ, ਦੂਸਰਾ ਸਿੱਖਾਂ ਵਿੱਚ ਇਹ ਜਾਦੂ ਮੰਤਰ ਜਿਹੜਾ ਪਾਇਆ ਜਾ ਸਕੇ ਵੀ ਇਸ ਤਰ੍ਹਾਂ ਦੀ ਵੀ ਕੋਲ ਹੁੰਦੀ ਹੈ, ਤੀਸਰਾ ਇਹ ਦਰਬਾਰ ਸਾਹਿਬ ਦਾ ਸਰੋਵਰ ਜਿਹੜਾ ਉਹਦਾ ਪਾਣੀ ਪਵਿੱਤਰ ਹੈ। ਦਰਬਾਰ ਸਾਹਿਬ ਦਾ ਸਰੋਵਰ ਕਿਉਂ ਬਣਾਇਆ ਗਿਆ? ਇਸ ਕਰਕੇ ਬਣਾਇਆ ਗਿਆ ਵੀ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਨਹਾਉਣ ਦੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਹੋ ਸਕਦਾ। ਖੂਹ ਸੀਗੇ, ਢਾਬਾਂ ਸੀਗੀਆਂ, ਉਹਨਾਂ ਦਿਨ ਢਾਬ ਹੁੰਦੇ ਸੀ ਜਿਹੜੇ ਮਾਲਵੇ ਦੇ ਲੋਕ ਨੇ, ਉਹਨਾਂ ਨੂੰ ਪਤਾ ਹੈਗਾ ਢਾਬਾਂ ਛੱਪੜ ਜਿਹੜੇ ਨੇ ਇਹ ਹੋਇਆ ਕਰਦੇ ਸਨ। ਉਸ ਢਾਬਾਂ ਵੀ ਸੀਗੀਆਂ ਅਤੇ ਖੂਹ ਵੀ ਸੀਗੇ ਥੋੜ੍ਹੇ ਜਿਹੇ, ਪਰ ਇਸਦੇ ਬਾਵਜੂਦ ਜਿਹੜੇ ਹਜ਼ਾਰਾਂ ਲੋਕ ਆਉਂਦੇ ਸਨ ਉਹਨਾਂ ਦੇ ਨਹਾਉਣ ਦਾ ਇੰਤਜ਼ਾਮ ਨਹੀਂ ਸੀ ਹੋ ਸਕਦਾ। ਇਹ ਨਹਾਉਣ ਵਾਸਤੇ ਸਰੋਵਰ ਬਣਾਏ ਗਏ ਸੀ। ਹੋਰ ਵੱਧਦੀ ਸਿੱਖਾਂ ਦੀ ਗਿਣਤੀ ਵੱਧ ਗਈ, ਆਉਣ ਵਾਲੀ ਦੀ ਤਰਨ ਤਾਰਨ ਸਰੋਵਰ ਬਣਾ ਦਿੱਤਾ। ਹੋਰ ਵੱਧ ਗਈ ਅੰਮ੍ਰਿਤਸਰ ਵਿੱਚ ਰਾਮਸਰ, ਵਿਵੇਕਸਰ, ਕੌਲ, ਸਾਰੇ ਸਾਰੇ ਸਰੋਵਰ ਜਿਹੜੇ ਨੇ ਇਹ ਇਸੇ ਕਰਕੇ ਪੈਦਾ ਹੁੰਦੇ ਗਏ ਵੀ ਨਾਇਜ਼ ਹੈ।
ਜਿਹੜੀ ਇੱਥੋਂ ਦੀ ਪਵਿੱਤਰਤਾ ਦੀ ਗੱਲ ਵੀ ਪਾਣੀ ਪਵਿੱਤਰ, ਸਿੱਖੀ ਵਿੱਚ ਕੋਈ ਪਾਣੀ ਪਵਿੱਤਰ ਨਹੀਂ, ਅੰਮ੍ਰਿਤ ਜਿਹੜਾ ਉਹ ਬਾਣੀ ਹੈ ਉਹੀ ਪਵਿੱਤਰ ਹੈ, ਜੇ ਉਹ ਅੰਦਰ ਉਤਰ ਜਾਏ ਮਨ ਵਿੱਚ ਉਤਰ ਜਾਏ ਤੇ ਤਾਂ ਜਿਹੜੀ ਪਵਿੱਤਰਤਾ ਇਨਸਾਨ ਦੀ ਹੁੰਦੀ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਇਸੇ ਕਰਕੇ, ਇਹ ਇਕੱਲੀ ਦਰਬਾਰ ਸਾਹਿਬ ਹੀ ਨਹੀਂ ਹੈ, ਅੰਮ੍ਰਿਤ ਸਰੋਵਰ ਵੀ ਨਹੀਂ, ਅੰਮ੍ਰਿਤਸਰ ਸ਼ਹਿਰ ਦਾ ਨਾਂ ਅੰਮ੍ਰਿਤ ਸਰੋਵਰ ਤੋਂ ਬਣਿਆ। ਤੋ ਸੰਤੋਖ ਸਾਹਿਬ ਦੇ ਸੋਵਰ ਬਾਰੇ ਵੀ ਇੱਕ ਕਹਾਣੀ ਹੈ ਕਿ ਇੱਕ ਸਾਧੂ ਬੈਠਾ ਸੀ, ਪਤਾ ਨਹੀਂ ਕਿੰਨੇ 100 ਸਾਲ ਦਾ, ਜਦੋਂ ਲੁਪਟਿਆ ਗਿਆ ਤੇ ਵਿੱਚੋਂ ਸਾਧੂ ਜਿੰਦਾ ਨਿਕਲ ਆਇਆ। ਇਹੋ ਜਿਹੀਆਂ ਗੱਪਾਂ ਤੁਹਾਨੂੰ ਜਿਹੜੀਆਂ ਨੇ ਬਹੁਤ ਜ਼ਿਆਦਾ ਮਿਲ ਜਾਣਗੀਆਂ, ਤੁਹਾਡੇ ਕੋਲ ਹੈਰੀ ਪੋਟਰ ਜਿਹੜੇ ਪੜ੍ਹੇ ਹੋਣਗੇ ਉਹਨਾਂ ਨੂੰ ਇਹੋ ਜਿਹੀਆਂ ਗੱਪਾਂ ਕਹਾਣੀਆਂ ਜਿਹੜੀਆਂ ਨੇ ਆਮ ਮਿਲਦੀਆਂ ਹੋਣਗੀਆਂ। ਦੂਸਰਾ ਜਿਹੜਾ ਉਹਦੇ ਵਿੱਚ ਸਵਾਲ ਕਾਫੀ ਨੇ। ਪਹਿਲਾ ਸਵਾਲ ਤਾਂ ਇਹ ਹੈ ਬੀਬੀ ਚਰਨ ਕੌਰ ਜੀ ਦਾ ਕਿ ਜਦੋਂ ਅਸੀਂ ਲਾਵਾਂ ਲੈਂਦੇ ਹਾਂ ਤੇ ਲੇਡੀ ਪਿੱਛੇ ਕਿਉਂ ਹੁੰਦੀ ਹੈ ਤੇ ਮਰਦ ਅੱਗੇ ਕਿਉਂ ਹੁੰਦਾ ਹੈ? ਬਹੁਤ ਅਹਿਮ ਸਵਾਲ ਹੈ, ਕਿਉਂਕਿ ਆਮ ਤੌਰ ਤੇ ਦੇਖੋ ਹਿੰਦੂਆਂ ਦੇ ਵਿੱਚ ਸਪਤ ਪਦੀ ਹੈ, 7 ਲਾਵਾਂ ਹੁੰਦੀਆਂ ਨੇ, 3 'ਚ ਔਰਤ ਪਿੱਛੇ ਜਾਂਦੀ ਤੇ 4 'ਚ 3 'ਚ ਔਰਤ ਅੱਗੇ ਹੁੰਦੀ ਤੇ 4 'ਚ ਔਰਤ ਪਿੱਛੇ ਹੁੰਦੀ ਹੈ। ਵੀ ਪਹਿਲਾਂ ਉਹਨੂੰ ਅੱਗੇ ਲਾ ਕੇ ਦਿਖਾਤਾ ਵੀ ਠੀਕ ਹੈ ਤੈਨੂੰ ਮੰਨਦੇ ਰਹੇ ਹਾਂ, ਡੈਕੋਰੇਸ਼ਨ ਤੇਰੀ ਕੀਤੀ ਹੋਈ ਹੈ, ਬਾਅਦ ਵਿੱਚ ਤੂੰ ਗੁਲਾਮੀ ਕਰਨੀ ਸਾਰੀ ਉਮਰ ਵਾਸਤੇ। ਜਿਹੜੀ ਲਾਵਾਂ ਸਿੱਖਾਂ ਦੀਆਂ ਨੇ 4 ਲਾਵਾਂ, ਇਹ ਸਿੱਖੀ ਸਿਧਾਂਤਾਂ ਵਿੱਚ ਨਹੀਂ ਕੀਤੇ ਵੀ ਹੈਗੀਆਂ। ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਲਾਵਾਂ ਦਾ ਜ਼ਿਕਰ ਹੈ ਸੂਹੀ ਰਾਗ ਵਿੱਚ, ਇਹ ਰੂਹ ਅਤੇ ਆਤਮਾ ਦੇ ਮੇਲ ਵਾਸਤੇ ਲਿਖੀਆਂ ਗਈਆਂ। 1855 'ਚ ਦਰਬਾਰਾ ਸਿੰਘ ਨਿਰੰਕਾਰੀ ਨੇ ਇਹ ਰਸਮ ਜਿਹੜੀ ਹੈ ਸ਼ੁਰੂ ਕੀਤੀ ਸੀ ਵੀ ਚਲੋ ਉਹ ਸਪਤਪਦੀ ਹੈ, 7 ਲਾਵਾਂ ਲੈਂਦੇ ਆ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਲਾਵਾਂ ਦੀ ਨਕਲ ਕਰਕੇ ਚਲੋ 4 ਲਾਵਾਂ ਤਿਆਰ ਕਰ ਲਓ। ਕੋਈ 4 ਲਾਵਾਂ ਦਾ ਸਿਧਾਂਤ ਸਿੱਖੀ ਅਸੂਲਾਂ ਵਿੱਚ ਗੁਰਮਤਿ ਵਿੱਚ ਕਿਤੇ ਨਹੀਂ ਹੈ। ਪਹਿਲਾਂ ਸ਼ਾਦੀ ਸਿਰਫ ਅਰਦਾਸ ਨਾਲ ਹੋਇਆ ਕਰਦੀ ਸੀ, ਅਰਦਾਸ ਕਰਦੇ ਹੁੰਦੇ ਸਨ ਵੀ ਇਹਨਾਂ 25 ਬੱਚੇ ਦੀ ਅਸੀਂ ਸ਼ਾਦੀ ਕਰਦੇ ਹਾਂ, ਇਹ ਅੱਗੇ ਤੋਂ ਪਤੀ ਪਤਨੀ ਹੋਣਗੇ, ਇਸੇ ਨੂੰ ਹੀ ਕੰਪਲੀਟ ਮੰਨਿਆ ਜਾਂਦਾ ਸੀ। ਪਰ ਇਹ 1855 ਤੋਂ ਪੰਪ ਐਂਡ ਸ਼ੋ, ਹੋਰ ਕਈ ਡਰਾਮੇ ਇਸ ਤਰ੍ਹਾਂ ਦੇ ਸ਼ੁਰੂ ਹੋ ਗਏ, ਬਾਅਦ 'ਚ ਕਈਆਂ ਨੇ ਤਾਂ ਜੈਮਾਲਾ ਵੀ ਸ਼ੁਰੂ ਕਰ ਲਈ, ਕਈ ਹੋਰ ਡਰਾਮੇ ਵੀ ਸ਼ੁਰੂ ਕਰ ਲਏ। ਸੋ ਇਹ ਜਿਹੜੀ ਹੈ ਅੱਗੇ ਪਿੱਛੇ ਜਾਣ ਵਾਲੀ ਜਾਂ ਖੱਬੇ ਹੱਥ, ਇੱਕ ਹੋਰ ਵੀ ਖੱਬੇ ਹੱਥ ਬਿਠਾਉਣ ਵਾਲੀ ਵੀ ਹੈ। ਜਦੋਂ ਸ਼ਾਦੀ ਕਰਦੇ ਤੇ ਲੜਕੀ ਨੂੰ ਖੱਬੇ ਹੱਥ ਬਿਠਾਉਂਦੇ ਆ, ਇਹ ਵੀ ਸਿੱਖੀ 'ਚ ਕੋਈ ਸਿਧਾਂਤ ਨਹੀਂ। ਇੱਕ ਪ੍ਰਕਰਮਾ ਦਾ ਸਿਧਾਂਤ ਹੈ ਉਹ ਜਿਹੜਾ ਕਿ ਹਿੰਦੂ ਧਰਮ 'ਚੋਂ ਸਿੱਖਾਂ ਸ਼ਾਮਲ ਹੈਗਾ। ਤੁਸੀਂ ਦਰਬਾਰ ਸਾਹਿਬ 'ਚ ਜਾਂਦੇ ਹੋ ਤੇ ਖੱਬੇ ਹੱਥ ਪ੍ਰਕਰਮਾ ਕਰਦੇ ਹੋ, ਆਮ ਤੌਰ 'ਤੇ ਕੋਈ ਸਿਧਾਂਤ ਨਹੀਂ ਹੈ, ਕੋਈ ਇਹਦਾ ਮੀਨਿੰਗ ਨਹੀਂ। ਅਸਲ 'ਚ ਹਿੰਦੂਆਂ ਵਿੱਚ ਦੇਵੀ ਦੀ ਪੂਜਾ ਦਾ ਵਿਧਾਨ ਇਹ ਹੈ ਕਿ ਦੇਵੀ ਤੁਹਾਡੇ ਸੱਜੇ ਹੱਥ ਹੋਣੀ ਚਾਹੀਦੀ ਹੈ, ਯਾਨੀ ਪ੍ਰਕਰਮਾ ਖੱਬੇ ਹੱਥ ਤੋਂ ਕਰਨੀ ਚਾਹੀਦੀ ਹੈ। ਕੋਈ ਪ੍ਰਕਰਮਾ ਦਾ ਸਿਧਾਂਤ ਨਹੀਂ ਸਿੱਖੇ 'ਚ। ਦਰਬਾਰ ਸਾਹਿਬ ਤੁਸੀਂ ਘੰਟਾ ਘਰ 'ਚ ਜਾਓ ਜਾਂ ਕਿਸੇ ਰਸਤੇ 'ਚ ਜਾਓ ਜਾਂ ਕਿਸੇ ਦਾ ਮੱਥਾ ਟੇਕੋ, ਬਿਨਾਂ ਪ੍ਰਕਰਮਾ ਕਰੋ ਕੋਈ ਫਰਕ ਨਹੀਂ ਪੈਂਦਾ। ਕਿਸੇ ਗੁਰਦੁਆਰੇ ਵਿੱਚ ਵੀ ਜਿਹੜੀ ਤੁਸੀਂ ਮਹਾਰਾਜ ਦੇ ਸਰੂਪ ਦੀ ਪ੍ਰਕਰਮਾ ਕਰਦੇ ਹੋ, ਗਲਤ ਹੈ, ਕੋਈ ਸਿਧਾਂਤ ਨਹੀਂ ਹੈ। ਇਹ ਸਾਰਾ ਸਿਧਾਂਤ ਬ੍ਰਾਹਮਣਵਾਦ 'ਚ ਆ ਰਿਹਾ ਹੈ। ਨਿਰਵਣਿਆ ਨੇ ਤੁਹਾਨੂੰ ਇਹ ਦੇਣ ਦਿੱਤੀ ਹੈ। ਇੱਕ ਸਵਾਲ ਇਹ ਹੈ ਕਿ ਬਾਬੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਪੈਦਾ ਹੋ ਰਹੇ ਨੇ ਅਤੇ ਗੁਰਦੁਆਰਿਆਂ ਵਿੱਚ ਇਹਨਾਂ ਨੂੰ ਸੰਤਾਂ ਸਾਧਾਂ ਬਾਬਿਆਂ ਨੂੰ ਮਾਣ ਕਿਉਂ ਦਿੱਤਾ ਜਾਂਦਾ? ਇਹ ਗੱਲ ਵੀ ਗੁਰਦੁਆਰਿਆਂ ਦੇ ਉੱਤੇ, ਤੁਹਾਡੇ ਕਈ ਗੁਰਦੁਆਰਿਆਂ 'ਤੇ, ਬਹੁਤੇ ਗੁਰਦੁਆਰਿਆਂ ਉੱਤੇ, ਜਿਹੜਾ ਖਾਸ ਕਰਕੇ 1984 ਤੋਂ ਬਾਅਦ ਇੱਕ ਐਸੇ ਧੜੇ ਨੇ ਕਬਜ਼ਾ ਕਰ ਲਿਆ ਜਿਹਨਾਂ ਦਾ ਸਿਧਾਂਤ ਇਹ ਸੀ ਕਿ ਕਬਜ਼ਾ ਕਰਨਾ ਹੈ ਅਤੇ ਹੋਰ ਇਹਦੇ 'ਚ ਸਿੱਖੀ ਜਾਂ ਗੁਰਮਤ ਦਾ ਪ੍ਰਚਾਰ ਨਹੀਂ ਕਰਨਾ। ਅਤੇ ਉਹਨਾਂ ਨੂੰ ਪਿੱਛੋਂ ਇੰਸਟਰਕਸ਼ਨਸ ਮਿਲਦੀਆਂ ਸੀ ਚੌਕ ਮਹਿਤਾ ਡੇਰੇ ਤੋਂ, ਜਿਹਨੂੰ ਕੁਝ ਲੋਕ ਦਮਦਮੀ ਟਕਸਾਲ ਵੀ ਕਹਿੰਦੇ ਆ। ਕੋਈ ਦਮਦਮੀ ਟਕਸਾਲ ਦੁਨੀਆ 'ਚ ਮੌਜੂਦ ਕਦੇ ਨਹੀਂ ਸੀ। 1977 ਵਿੱਚ ਉਹਨਾਂ ਨੇ ਭਿੰਡਰਾ ਮਹਿਤਾ ਜੱਥਾ, ਇਹ ਵੀ ਇੱਕ ਡੇਰਾ ਹੀ ਹੈ, ਉਹਨਾਂ ਨੇ ਡੇਰੇ ਵਾਲਿਆਂ ਨੇ ਆਪਣਾ ਨਾਂ ਦਮਦਮੀ ਟਕਸਾਲ ਰੱਖ ਲਿਆ। ਅਤੇ ਕਿਉਂਕਿ ਬਹੁਤੇ ਗੁਰਦੁਆਰਾ 'ਤੇ ਜਿਹਨਾਂ ਨੌਜਵਾਨਾਂ ਦਾ ਕਬਜ਼ਾ ਸੀ ਉਹ ਆਪਣੇ ਆਪ ਨੂੰ ਇਹਦੇ ਨਾਲ ਸੰਬੰਧਿਤ ਕਹਿੰਦੇ ਸਨ, ਇਸ ਕਰਕੇ ਉਹਨਾਂ ਨੇ ਉੱਥੋਂ ਦੀ ਮਰਿਆਦਾ ਰੱਖੀ ਅਤੇ ਜਿੰਨੇ ਸਾਧ ਨੇ ਉਹ ਸਾਰੇ ਇਹਨਾਂ ਡੇਰਿਆਂ ਨੂੰ ਮੰਨਦੇ ਨੇ। ਨਿਰਮਲਿਆਂ ਦੀ ਵਿਚਾਰਧਾਰਾ ਦੇ ਉਹ ਪ੍ਰਚਾਰਕ ਨੇ, ਗੁਰਦੁਆਰੇ ਵਿੱਚ ਨਿਰਮਲਾ ਮਤ ਦਾ ਪ੍ਰਚਾਰ ਕਰਦੇ ਨੇ। ਜਿਸ ਗੁਰਦੁਆਰੇ ਵਿੱਚ ਸਿੰਘ ਸਭਾ ਜਾਂ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਹੈ ਉੱਥੇ ਸਾਧ ਨੂੰ ਨਹੀਂ ਆਉਣ ਦਿੱਤਾ। ਤੁਸੀਂ ਕੈਨੇਡਾ ਦੇ ਤਾਂ ਮੁਬਾਰਕਾਂ ਦੇ ਹੱਕਦਾਰ ਹੋ ਕਿ ਤੁਹਾਡੇ 'ਚੋਂ ਕਈ ਥਾਂ 'ਤੇ ਜਿਹੜਾ ਹੈ ਇਹਨਾਂ ਡੇਰੇਦਾਰਾਂ ਨੂੰ 'ਤੇ ਪਾਬੰਦੀ ਲੱਗੀ ਹੋਈ ਹੈ, ਐਲਾਨੀ ਜਾਂ ਅਣਐਲਾਨੀ। ਅਤੇ ਜਿੱਥੇ ਵੀ ਤੁਸੀਂ ਦੇਖੋ ਡੇਰੇਦਾਰ, ਉੱਥੇ ਤੁਸੀਂ ਜੇਕਰ ਕਮੇਟੀ ਨੂੰ ਪ੍ਰੋਟੈਸਟ ਕਰੋ ਬਈ ਇਹ ਕਿਹੜੀ ਗੁਰਮਤ ਦਾ ਪ੍ਰਚਾਰ ਕਰ ਰਿਹਾ, ਜਦ ਤੱਕ ਗੁਰਮਤ ਦਾ ਜਿਹੜਾ ਬੰਦਾ ਗੁਰਮਤ ਦਾ ਪ੍ਰਚਾਰ ਨਹੀਂ ਕਰਦਾ ਉਹਦੀ ਐਂਟਰੀ। ਇਹ ਸੰਗਤ ਹਟਾ ਸਕਦੀ ਹੈ, ਇਹ ਜਿਹੜੇ ਐਸਟੈਬਲਿਸ਼ਮੈਂਟ ਬਣ ਚੁੱਕੀਆਂ ਨੇ ਨਾ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀਆਂ ਧਾਰਮਿਕ ਕਲੱਬਾਂ ਅਤੇ ਜਾਇਦਾਦਾਂ ਬਣਾਇਆ ਹੋਇਆ,
ਉਹ ਇਸ ਨੂੰ ਨਹੀਂ ਉਠਾਉਣਗੇ ਜਦ ਤੱਕ ਤੁਸੀਂ ਨਹੀਂ ਉੱਠੋਗੇ। ਜਦ ਆਵਾਮ ਉੱਠਦੀ ਹੈ, ਹੁਣ ਆਵਾਮ ਇਸ ਤਰ੍ਹਾਂ ਆਵਾਮ ਉੱਠਦੀ ਹੈ, ਆਪਣੀ ਆਵਾਜ਼ ਜਦੋਂ ਤੁਸੀਂ ਪੈਦਾ ਕਰੋਗੇ ਤਾਂ ਇਹ ਸ਼ਾਹ ਜਿਹੜੇ ਨੇ ਖਤਮ ਹੋ ਜਾਣਗੇ ਅਤੇ ਅਵੇਅਰਨੈਸ ਜਿਹੜੀ ਹੈ ਆਏਗੀ। ਇੱਕ ਵੀ ਇਹ ਕਹਿੰਦੇ ਸੈਮੀਨਾਰ ਤਾਂ ਬਹੁਤ ਅੱਛਾ ਹੈ, ਪਰ ਹੋਰ ਅਵੇਅਰਨੈਸ ਵਾਸਤੇ ਸਾਨੂੰ ਹੋਰ ਤਰੀਕੇ ਵਰਤਣੇ ਚਾਹੀਦੇ। ਲਾਇਬ੍ਰੇਰੀਆਂ ਵਿੱਚ ਕਿਤਾਬਾਂ ਨੇ, ਉਹਦੇ ਵਿੱਚ ਸਿੱਖਇਜ਼ਮ ਬਾਰੇ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੱਸ ਕੇ ਗਏ ਆ, ਦੂਸਰੇ ਵੀ ਦੱਸ ਕੇ ਗਏ। ਇੱਥੇ ਲਾਇਬ੍ਰੇਰੀਆਂ ਵਿੱਚ ਸਿੱਖਇਜ਼ਮ ਬਾਰੇ 1% ਕਿਤਾਬ ਵੀ ਨਹੀਂ ਹੁੰਦੀ, ਔਰ ਜਿਹੜੀ ਹੁੰਦੀ ਹੈ ਉਹ ਐਂਟੀ ਸਿੱਖ ਸਕੂਲ ਮਕਲਾਊਡ ਜਾਂ ਇਹਨਾਂ ਦੇ ਸਾਥੀਆਂ ਦੇ ਚੇਲਿਆਂ ਦੀਆਂ ਲਿਖੀਆਂ ਹੁੰਦੀਆਂ ਨੇ। ਕਾਰਨ ਕੀ ਹੈ, ਔਰ ਇਹਦਾ ਤੁਸੀਂ ਇਲਾਜ ਕਰ ਸਕਦੇ ਹੋ। ਪੰਜਾਬ ਵਿੱਚ ਜਿਸ ਤਰ੍ਹਾਂ, ਇੰਡੀਆ 'ਚ ਸਾਰੇ ਜਿਸ ਤਰ੍ਹਾਂ, ਸਾਰੀ ਦੁਨੀਆ 'ਚ ਲਾਇਬ੍ਰੇਰੀ ਜਿਸ ਤਰ੍ਹਾਂ, ਲਾਇਬ੍ਰੇਰੀ ਕੋਲ ਕੰਟੀਜੈਂਸੀ ਗ੍ਰਾਂਟ ਕਿਤਾਬਾਂ ਖਰੀਦਣ ਦੀ ਇੰਨੀ ਨਹੀਂ ਹੁੰਦੀ, ਅਤੇ ਕਿਉਂਕਿ ਉਹ ਸਾਰਾ ਜਿਹੜਾ ਉੱਪਰਲਾ ਦਾਰੋ ਮਦਾਰ ਜਿਹੜਾ ਕੈਥੋਲਿਕ ਵਰਲਡ ਦਾ, ਅਤੇ ਕੈਥੋਲਿਕ ਵਰਲਡ ਜਿਹੜਾ ਐਂਟੀ ਸਿੱਖ ਸਕੂਲ ਨੂੰ ਪ੍ਰਮੋਟ ਕਰਦੇ ਆ, ਜਿਹੜਾ ਮਕਲਾਊਡ ਗਰੁੱਪ ਨੂੰ ਜਾਂ ਹੋਰ ਜਿਹੜੇ ਸਿੱਖਾਂ ਦੇ ਖਿਲਾਫ ਲਿਖਦੇ ਨੇ, ਤੁਸੀਂ ਇਹ ਕਰ ਸਕਦੇ ਹੋ ਕਿ ਜਿੱਥੇ ਤੁਸੀਂ ਆਪਣਾ ਦਸਵੰਧ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਕਰੋ। ਆਪਣੇ ਦਸਵੰਧ ਵਿੱਚੋਂ ਹਰ ਸਾਲ 5-10 ਕਿਤਾਬਾਂ ਲਾਇਬ੍ਰੇਰੀ ਨੂੰ ਭੇਟ ਕਰੋ। ਇਹ ਕੋਈ ਪਾਬੰਦੀ ਨਹੀਂ, ਕੋਈ ਲਾਇਬ੍ਰੇਰੀ ਐਸੀ ਨਹੀਂ ਜਿਹੜੀ ਨਹੀਂ ਤੁਹਾਡੇ ਕੋਲ ਐਕਸੈਪਟ ਕਰੇਗੀ। ਹਰ ਇੱਕ ਸਿੱਖ ਸਾਲ ਦੀਆਂ 10 ਕਿਤਾਬਾਂ ਜਿਹੜੀਆਂ ਸੱਚੀਆਂ ਸਿੱਖੀ ਦੀਆਂ ਕਿਤਾਬਾਂ ਹਨ ਉਹ ਲਾਇਬ੍ਰੇਰੀ ਨੂੰ ਭੇਟੋ। ਅਤੇ ਪਿੱਛੇ ਪਿੰਡਾਂ 'ਚ ਰਹਿਣ ਵਾਲੇ ਹੋ, ਸਿੰਘ ਬ੍ਰਦਰਸ ਨੇ ਇੱਕ ਸਕੀਮ ਚਲਾਈ ਹੈ, ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਸਕਾਂਗਾ। ਉਹ ਇਹ ਹੈ ਵੀ ਤਕਰੀਬਨ 10,000 ਰੁਪਈਆ ਜੇ ਤੁਸੀਂ ਇੰਡੀਆ ਦਾ ਖਰਚੋ, ਇੰਡੀਆ ਦੇ ਅੰਦਰ ਤੁਹਾਡਾ ਉਸ ਕਿਤਾਬ 'ਤੇ ਨਾਂ ਲਿਖਿਆ ਹੋਏਗਾ, ਪ੍ਰੈਜੈਂਟਡ ਬਾਏ ਉੱਥੋਂ ਦਾ ਐਡਰੈਸ ਅਤੇ ਇੱਥੋਂ ਦਾ ਐਡਰੈਸ ਵੀ ਲਿਖਿਆ ਹੋਏਗਾ, ਅਤੇ ਉਹ ਜਿਹੜੀ ਹੈ ਜਿਸ ਸਕੂਲ ਕਾਲਜ ਨੂੰ ਕਹੋਗੇ ਉਹਦੀ ਲਾਇਬ੍ਰੇਰੀ ਨੂੰ ਉਹ ਸਿੱਧੀ ਡਾਇਰੈਕਟ ਭੇਜ ਕਰ ਦੇਣਗੇ, ਤੁਹਾਡਾ ਨਾਂ ਵੀ ਕਾਇਮ ਰਹੇਗਾ, ਸਿੱਖ ਧਰਮ ਦਾ ਅਸਲ ਲਿਟਰੇਚਰ ਵੀ ਉੱਥੇ ਜਾਏਗਾ। ਇਹ ਆਪਣੇ ਮਨ ਨਾਲ ਪ੍ਰਣ ਕਰੋ ਕਿ ਤੁਸੀਂ ਇਹ ਗੱਲ ਜ਼ਰੂਰ ਕਰੋਗੇ ਕਿ ਇਸ ਪੰਥਕ ਲਿਟਰੇਚਰ ਲਾਇਬ੍ਰੇਰੀ ਮੁਹਿੰਮ ਵਿੱਚ ਆਪਣਾ ਹਿੱਸਾ ਪਾਓਗੇ। ਵਿਦੇਸ਼ਾਂ 'ਚ ਵੀ ਕਰੋ ਅਤੇ ਪਿੱਛੇ ਵੀ ਕਰੋ, ਜੇ ਸੋਨਾ ਚੜ੍ਹਾਉਣ ਹੋਰ ਇੱਦਾਂ ਦੀਆਂ ਗੱਲਾਂ ਨਾਲੋਂ ਇਹ ਜਿਹੜਾ ਐਜੂਕੇਸ਼ਨ ਜਿਹੜੀ ਹੈ ਦੇਣੀ ਉਹ ਜ਼ਰੂਰੀ ਹੈ। ਇੱਕ ਸਵਾਲ ਹੈ ਧਰਮ ਅਤੇ ਰਾਜਨੀਤੀ ਅਤੇ ਅਕਾਲ ਤਖਤ ਦੇ ਜਥੇਦਾਰ ਦਾ, ਉਹਦਾ ਸਵਾਲ ਬਹੁਤ ਵੱਡਾ, ਪੂਰੇ 1.5 ਘੰਟੇ ਦਾ ਲੈਕਚਰ ਹੈ, ਫਿਰ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ। ਉਸ ਤੋਂ ਪਹਿਲਾਂ ਮੈਂ ਆਖਰੀ ਸਵਾਲ ਜਿਹੜਾ ਦੋ ਸਵਾਲ ਹੋਰ ਨੇ ਉਹਨਾਂ ਦਾ ਜਵਾਬ ਦੇਣਾ। ਇੱਕ ਹੈ ਵੀ ਕੀ ਦੰਗ ਵੀ ਟਕਸਾਲ ਰਹਿਣ ਸਬਾਈ ਖੜ ਕੇ ਇਤਨੀ ਜਿੱਥਾਂ ਨਾਨਕ ਸੰਗੇ ਢੱਡਰੀਆਂ ਵਾਲਾ ਸੰਤ, ਭਿਓਵੇ ਵਾਲਾ ਸੰਤ, ਹਰੀ ਸਿੰਘ ਹੰਦਵਾ, ਰਾੜੇ ਵਾਲਾ ਅਤੇ ਹੋਰ ਬਹੁਤੇ ਸੰਤ ਖਵਾਉਣ ਵਾਲੇ ਜਿਹੜੇ ਨੇ ਸਿੱਖੀ ਦੇ ਭੇਸ ਵਿੱਚ ਡੇਰਾਵਾਦੀ ਸ਼੍ਰੋਮਣੀ ਕਮੇਟੀ ਅਕਾਲਤ ਦੇ ਵਿਚਾਰਧਾਰਾ ਦਾ ਨੁਕਸਾਨ ਕਰ ਰਹੇ ਨੇ, ਕੀ ਉਹ ਸਰਸਾ ਵਾਲੇ ਨਿਰੰਕਾਰੀ ਭਨਿਆਰਾ ਵਾਲੇ ਰਾਹ ਦਾ ਸੁਮੀ ਆਸਾ ਰਾਮ ਨਾਲੋਂ ਜ਼ਿਆਦਾ ਖਤਰਨਾਕ ਨੇ ਕਿ ਘੱਟ? ਮੈਂ ਸਮਝਿਆ ਉਹ ਜ਼ਿਆਦਾ ਖਤਰਨਾਕ ਨੇ। ਜਿਹਨੇ ਵੀ ਸਵਾਲ ਇਹ ਕੀਤਾ, ਮੈਂ ਸਮਝਣਾ ਬੜਾ ਇੰਟੈਲੀਜੈਂਟ ਬੰਦਾ, ਬਿਲਕੁਲ ਸਹੀ ਸਵਾਲ ਕੀਤਾ ਹੈ। ਇਹ ਸਾਧ ਦਮ ਜਿਹੜਾ ਹੈ, ਸਾਧ ਡੇਰੇ ਵਾਲੇ ਨੇ, ਨਿਰੰਕਾਰੀਆਂ ਰਾਧਾ ਸੋਮੇ ਸਰਸਾ ਵਾਲਿਆਂ ਤੋਂ ਜ਼ਿਆਦਾ ਖਤਰਨਾਕ ਨੇ। ਇਹ ਚਿੱਟੀ ਸਿਉਂਕ ਨੇ, ਜਦੋਂ ਲੱਕੜ ਨੂੰ ਲੱਗ ਜਾਂਦੀ ਨਾ ਸਿਉਂਕ, ਅਤੇ ਸਾਰਾ ਘਰ ਤਬਾਹ ਕਰਕੇ ਰੱਖ ਦਿੰਦੀ ਹੈ। ਇਹ ਸਿੱਖੀ ਨੂੰ ਲੱਗੀ ਹੋਈ ਸਿਉਂਕ ਹੈ, ਇਹ ਚੋਲੇ ਵਾਲਿਆਂ ਨੇ ਇਹਨਾਂ ਤੋਂ ਬਚਣਾ ਚਾਹੀਦਾ ਹੈ, ਇਹ ਇਹਨਾਂ ਨਰਕ ਧਾਰੀਆਂ ਤੋਂ ਵੀ ਜ਼ਿਆਦਾ ਖਤਰਨਾਕ ਨੇ। ਅਕਾਲ ਤਖਤ ਵਾਲਾ ਸਵਾਲ ਕਾਇਮ ਹੈ, ਪਰ ਇੱਕ ਸਵਾਲ ਮੈਨੂੰ ਇੱਥੇ ਖੜਿਆ ਇੱਕ ਸੱਜਣ ਨੇ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਵੀ ਸਾਡੇ ਕੋਲ ਸ਼ਬਦ ਹਨ, ਅਤੇ ਅਸੀਂ ਕਹਿੰਦੇ ਹਾਂ ਗੁਰਮੁਖੀ ਲਿਪੀ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤੀ ਹੈ, ਅਤੇ ਉਹ ਕਿਹੜੀ ਜ਼ਬਾਨ ਵਿੱਚ, ਕਿਹੜੀ ਲਿਪੀ ਵਿੱਚ, ਕਿਹੜੇ ਸਕ੍ਰਿਪਟ ਵਿੱਚ ਲਿਖਦੇ ਹੋਣਗੇ? ਕਹਿੰਦੇ ਵੀ ਜਿਹੜੀ ਅਸੀਂ ਕਹਿੰਦੇ ਨਾ ਗੁਰਮੁਖੀ ਲਿਪੀ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤੀ, ਨਹੀਂ, ਗੁਰੂ ਅੰਗਦ ਸਾਹਿਬ ਨੇ ਪ੍ਰਸਾਰ ਕੀਤਾ, ਪ੍ਰਚਾਰ ਕੀਤਾ ਉਹਦਾ, ਔਰ ਉਹਦੇ ਵਿੱਚ ਆਪਣਾ ਲਿਟਰੇਚਰ ਲਿਖਿਆ। ਇਸ ਤੋਂ ਪਹਿਲਾਂ ਗੁਰਮੁਖੀ ਲਿਪੀ ਜਿਹੜੀ ਹੈ, ਟਾਕਰੀ ਠਾਕਰੀ ਜਿਹੜੀਆਂ ਸਿੱਖ ਨੇ ਬ੍ਰਹਮੀ ਸਕ੍ਰਿਪਟ ਹੈ, ਉਹਦੇ ਵਿੱਚ ਤੁਹਾਨੂੰ ਮੌਜੂਦ ਮਿਲਦੇ। ਈਵਨ ਅਸ਼ੋਕ ਦੇ ਜਿਹੜੇ ਸ਼ਿਲਾ ਲੇਖ ਨੇ ਉਹਨਾਂ ਵਿੱਚ ਤੁਹਾਨੂੰ ਇਹ ਪੰਜਾਬੀ ਦੀ ਮੌਜੂਦਾ ਸਕ੍ਰਿਪਟ ਦੇ ਬਹੁਤ ਸਾਰੇ ਲਫ਼ਜ਼ ਮਿਲ ਜਾਂਦੇ ਨੇ। ਭਾਈ ਕਾਨ ਸਿੰਘ ਦਾ ਨਿਵਾਨ ਕੋਸ਼ ਵਿੱਚ ਲਿਪੀ ਦੇ ਬਾਰੇ ਵਿੱਚ ਇੱਕ ਬੜਾ ਸੋਹਣਾ ਚੈਪਟਰ ਦਿੱਤਾ ਹੈ, ਉਹ ਇੱਕ ਆਪਣੇ ਆਪ 'ਚ ਕਿਤਾਬ ਵੀ ਹੈ ਜਿਹੜੀ ਭਾਸ਼ਾ ਵਿਭਾਗ ਨੇ ਛਾਪੀ ਹੈ, ਉਹਦੇ 'ਚ ਇਸ ਦੀ ਬਹੁਤ ਸਾਰੀ ਡਿਟੇਲ ਮਿਲਦੀ ਹੈ। ਗੁਰਮੁਖੀ ਲਿਪੀ ਜਿਹੜੀ ਹੈ ਉਹ 9ਵੀਂ ਸਦੀ ਤੋਂ ਮੌਜੂਦ ਹੈ ਸਾਡੇ ਕੋਲ ਸ਼ਿਲਾ ਲੇਖਾਂ ਵਿੱਚ ਅਤੇ ਹੋਰ ਥਾਂ 'ਤੇ, ਸ਼ਾਇਦ ਇਸ ਤੋਂ ਵੀ ਪਹਿਲਾਂ ਦੀ ਹੋਵੇ। ਜਿਹੜੀ ਸਾਡੇ ਕੋਲ ਅਵੇਲੇਬਲ ਹੋ ਚੁੱਕੀ ਹੈ ਉਹ 9ਵੀਂ ਸਦੀ ਤੋਂ ਹੈ, ਯਾਨੀ ਇਹ ਇਸ ਤੋਂ ਪਹਿਲਾਂ ਦੀ ਵੀ ਹੋ ਸਕਦੀ ਹੈ। ਆਖਰੀ ਸਵਾਲ ਜਿਹੜਾ ਸੀ ਅਕਾਲ ਤਖਤ ਦੇ ਜਥੇਦਾਰ ਵੱਲ, ਬੜਾ ਇੰਪੋਰਟੈਂਟ ਸਵਾਲ ਹੈ, ਕਿਉਂਕਿ ਵਕਤ ਨੂੰ ਮੱਦੇਨਜ਼ਰ ਰੱਖਦੇ ਹਾਂ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੂੰਗੀ। ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਨਾ ਗੁਰਮਤ ਵਿੱਚ ਹੈ, ਨਾ ਸਿੱਖ ਹਿਸਟਰੀ ਵਿੱਚ ਹੈ,
ਇਹ ਲਫ਼ਜ਼ ਹੁਣ ਦੇਖੋ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖਿਆ, ਮਹਾਨ ਕੋਸ਼ ਵਿੱਚ ਕਿਤੇ ਅਕਾਲ ਤਖ਼ਤ ਦਾ ਜਥੇਦਾਰ ਦਾ ਅਹੁਦੇ ਦਾ ਜ਼ਿਕਰ ਨਹੀਂ ਹੈ। ਗੁਰਦੁਆਰਾ ਐਕਟ 1950 ਵਿੱਚ ਬਣਿਆ, ਉਹਦੇ ਵਿੱਚ ਅਕਾਲ ਤਖ਼ਤ ਦਾ ਜਥੇਦਾਰ ਦਾ ਅਹੁਦੇ ਦਾ ਜ਼ਿਕਰ ਨਹੀਂ ਹੈ। ਰਹਿਤ ਮਰਿਆਦਾ 1936 1945 ਵਿੱਚ ਲਾਗੂ ਹੋਈ ਹੈ, ਉਹਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਜ਼ਿਕਰ ਹਰ ਕਿਸੇ ਨੇ ਬਿਲਕੁਲ ਨਹੀਂ ਹੈ, ਕਿਤੇ ਵੀ ਨਹੀਂ ਹੈ। ਤੁਸੀਂ ਕੋਈ ਕਿਤਾਬ ਚੁੱਕ ਕੇ ਦੇਖ ਲਓ, ਇਹ ਤਾਂ 1935 ਤੱਕ ਦੀ ਕੋਈ ਕਿਤਾਬ ਐਸੀ ਨਹੀਂ ਜਿਹਦੇ 'ਚ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਹੋਵੇ। ਅਤੇ ਕਿਵੇਂ ਬਣਿਆ ਇਹ ਤੁਹਾਨੂੰ ਮੈਂ ਦੱਸਣੀ ਚਾਹੂੰਗਾ। 12 ਅਕਤੂਬਰ 1920 ਦੇ ਦਿਨ ਜਦੋਂ ਕੁਛ ਅਖੌਤੀ ਅਛੂਤ ਜਾਤ ਦੇ ਲੋਕ ਜਿਹੜੇ ਆ ਮੱਥਾ ਟੇਕਣ ਆਏ ਅਕੜਾ ਪ੍ਰਸ਼ਾਦ ਲੈ ਕੇ, ਅਤੇ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਸਿੱਖੀ ਵਿੱਚ ਜ਼ਾਤ ਪਾਤ ਦਾ ਪਖੰਡ ਜਿਹੜਾ ਹੈ ਇਹ ਵੀ ਨਿਰਮਲਿਆਂ ਦਾ ਲਿਆਂਦਾ ਹੋਇਆ, ਇਹਨਾਂ ਨੇ ਦਰਬਾਰ ਸਾਹਿਬ ਵਿੱਚ ਫੱਟੇ ਲਾਏ ਹੋਏ ਸਨ। 11 ਵਜੇ ਤੋਂ ਪਹਿਲਾਂ ਕੋਈ ਅਛੂਤ ਦਾਖਲ ਨਹੀਂ ਹੋ ਸਕਦਾ, ਅਤੇ ਪ੍ਰਸ਼ਾਦ ਤਾਂ ਉਹਦਾ ਦਿੰਦੇ ਹੀ ਨਹੀਂ ਸਨ। ਤਾਂ ਜਦੋਂ ਅਕਾਲ ਤਖ਼ਤ 'ਤੇ ਉਹ ਗਏ ਆ, ਪੁਜਾਰੀ ਦੱਸ ਗਏ ਵੀ ਸਾਨੂੰ ਪ੍ਰਸ਼ਾਦ ਨਹੀਂ ਲੈਣਾ ਪਏਗਾ, ਅਤੇ ਉਹ ਸਿੰਘਾਂ ਨੇ ਉੱਥੇ ਬੈਠ ਕੇ ਫੈਸਲਾ ਕੀਤਾ ਵੀ ਕਿਉਂਕਿ ਅਕਾਲ ਤਖ਼ਤ ਸੁੰਜਾ ਪਿਆ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਕੋਈ ਨਹੀਂ ਹੈ, ਅਤੇ ਕੁਝ ਸਿੰਘ ਜਿਹੜੇ ਨੇ ਆਪਣੇ ਆਪ ਨੂੰ ਔਫਰ ਕਰਨ ਵੀ ਉਹ ਇਸ ਸੇਵਾ ਨੂੰ ਸੰਭਾਲਣਗੇ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇਗਾ, ਕੋਈ ਪ੍ਰਸ਼ਾਦ ਦੀ ਤਾਬਿਆ ਬੈਠੇਗਾ, ਕੋਈ ਸੇਵਾ ਕਰੇਗਾ, ਕੋਈ ਜਿਹੜਾ ਚੜਾਵਾ ਆਉਂਦਾ ਉਹਨੂੰ ਸੰਭਾਲੇਗਾ, ਕੋਈ ਗੇਟ 'ਤੇ ਖੜਾ ਹੋਏਗਾ ਵੀ ਕੁੱਤਾ ਬਿਲਾ ਨਾ ਅੰਦਰ ਦਾਖਲ ਹੋ ਜਾਏ। ਇਹ ਦਰਬਾਰ ਸਾਹਿਬ ਦੀ ਮੌਜੂਦਾ ਜਿਹੜੀ ਚਾਰ ਦੀਵਾਰੀ ਉਦੋਂ ਨਹੀਂ ਸੀ ਹੁੰਦੀ, ਇਹ ਬਾਅਦ ਵਿੱਚ ਬਣੀ ਹੈ, ਅਤੇ ਕੋਈ ਆ ਵੀ ਸਕਦਾ ਸੀ ਇਸ ਕਰਕੇ। ਤਾਂ ਉਹਨਾਂ ਨੇ ਵੀ ਕੋਈ ਮੰਗਤਾ ਆ ਜਾਏ, ਕੋਈ ਹੋਰ ਚੋਰੀ ਕਰਨ ਵਾਲਾ ਆ ਜਾਏ, ਕਿਉਂਕਿ ਵੀ ਕੋਈ ਆਪਣੇ ਆਪ ਨੂੰ ਆਫਰ ਕਰੋ, 21 ਸਿੰਘ ਜਿਹੜੇ ਆਫਰ ਕਰੋ ਅਤੇ ਆਪੋ ਆਪਣੀਆਂ ਡਿਊਟੀਆਂ ਸੰਭਾਲ ਲਓ। ਸਿਰਫ 17 ਬੰਦਿਆਂ ਨੇ ਆਫਰ ਕੀਤਾ, ਜੇ ਪ੍ਰਧਾਨਗੀ ਦੀ ਗੱਲ ਹੁੰਦੀ ਤਾਂ ਸਾਰੇ ਆਫਰ ਕਰਦੇ ਵੀ ਪ੍ਰਧਾਨ ਬਣਿਆ, ਚਲੋ ਮੈਨੂੰ ਵੀ ਬਣਾ ਦਿਓ ਜੀ। ਅਤੇ ਕਿਉਂਕਿ ਸੇਵਾ ਕਰਨੀ ਸੀ, ਸਿਰਫ 17 ਬੰਦਿਆਂ ਨੇ ਆਫਰ ਕੀਤਾ, ਅਤੇ 17 ਬੰਦੇ ਦੇ ਜਥੇਦਾਰ ਜਥੇਦਾਰ ਜਿਹੜਾ ਸੀ ਉਹ ਤੇਜਾ ਸਿੰਘ ਭੁੱਚਰ ਨੂੰ ਬਣਾਇਆ ਗਿਆ, ਇੱਥੋਂ ਕਹਿੰਦੇ ਜੀ ਕਾਲ ਕਰਦਾ ਜਥੇਦਾਰ ਬਣ ਗਿਆ। ਸਿਰਫ ਸੇਵਾ ਕਰਨ ਵਾਸਤੇ ਪ੍ਰਸ਼ਾਦ ਵਰਤਾਉਣ ਵਾਸਤੇ ਜਿਹੜਾ ਜੱਥਾ ਬਣਿਆ ਉਹਦਾ ਜਥੇਦਾਰ ਸੀ, ਅਤੇ ਇਹ ਇਹਨਾਂ ਨੇ ਅਕਾਲ ਤਖ਼ਤ ਦਾ ਜਥੇਦਾਰ ਬਣਾ ਲਿਆ। ਵੀ ਪੰਥ ਦਾ ਮੁਖੀ ਹੈ ਉਹਦਾ ਫੈਸਲਾ ਰੱਬ ਦਾ ਫੈਸਲਾ ਹੈ। ਇਹ ਫਰਾਡ ਜਿਹੜਾ ਸਿੱਖੀ ਵਿੱਚ ਉਦੋਂ ਸ਼ੁਰੂ ਨਹੀਂ ਹੋ ਗਿਆ, ਭਾਵੇਂ ਅਖੌਤੀ ਜਥੇਦਾਰ ਦੀ ਗੱਲ ਲਫਜ਼ ਆ ਗਿਆ ਨਾ, ਇਹ ਫਰਾਡ ਸਿੱਖੀ ਵਿੱਚ 1986 ਵਿੱਚ ਸ਼ੁਰੂ ਹੋਇਆ। 26 ਜਨਵਰੀ 1986 ਨੂੰ ਇੱਕ ਇਕੱਠ ਹੋਇਆ ਦਰਬਾਰ ਸਾਹਿਬ ਦੇ ਅੰਦਰ, ਅਕਾਤਕ ਦੀ ਟੱਠੀ ਹੋਈ ਇਹ ਇਮਾਰਤ ਦੇ ਮੂਹਰੇ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ, ਮਤਾ ਪਾਸ ਕੀਤਾ ਗਿਆ, ਭਾਈ ਜਸਵੀਰ ਸਿੰਘ ਰੋਡੇ ਜਿਹਦਾ ਭਰਾ ਲਖਵੀਰ ਸਿੰਘ ਰੋਡੇ ਤੁਹਾਡੇ ਇੱਥੇ ਇਸੇ ਮੁਲਕ 'ਚ ਹੀ ਵਸਦਾ ਰਿਹਾ ਕਾਫੀ ਦੇਰ, ਇੰਟਰਨੈਸ਼ਨਲ ਸਿੰਘ ਯੂਥ ਫੈਡਰੇਸ਼ਨ ਵਾਲਾ, ਵੀ ਉਹਨੂੰ ਤੁਸੀਂ ਜਥੇਦਾਰ ਬਣਾ ਦਿਓ, ਅਤੇ ਕਿਉਂਕਿ ਜੇਲ੍ਹ 'ਚ ਬੈਠਾ ਤਾਂ ਇਸ ਭਾਵੇਂ ਉਹ ਰਿਹਾਅ ਹੋ ਜਾਏਗਾ। ਉਹਨੂੰ ਜਥੇਦਾਰ ਬਣਾ ਦਿੱਤਾ ਗਿਆ, ਰਿਹਾਅ ਤਾਂ ਵਿਚਾਰਾ ਬਾਅਦ ਵਿੱਚ ਹੋਇਆ ਜਦੋਂ ਉਹਨੇ ਸਰਕਾਰਾਂ ਸਾਰੀ ਅੰਦਰ ਖਾਤੇ ਸਾਰੀ ਸਾਂਝ ਬਾਰੇ ਮੰਨ ਲਈ। ਤੁਸੀਂ ਜੇਕਰ ਇਹ ਦੇਖਣਾ ਹੋਵੇ ਤਾਂ ਇਹਦੇ ਵਾਸਤੇ ਇੱਕ ਬੜੀ ਜ਼ਬਰਦਸਤ ਕਿਤਾਬ ਹੈ, ਰਾਹ ਦੇ ਆਫਿਸਰ ਦੀ ਲਿਖੀ ਹੋਈ, ਜਿਹਦੇ 'ਚ ਸਾਰੀ ਡਿਟੇਲ ਵੀ ਜਸਵੀਰ ਸਿੰਘ ਨੂੰ ਬਾਹਰ ਕਿਵੇਂ ਕੱਢਿਆ। ਖੈਰ ਉਸ ਨੂੰ ਜਥੇਦਾਰ ਬਣਾ ਦਿੱਤਾ ਗਿਆ, ਅਤੇ ਫਿਰ ਵੀ ਉਹ ਨਹੀਂ ਅਜੇ 88 ਤੱਕ ਤਾਂ ਬਣੀ ਨਹੀਂ, ਬਾਹਰ ਹੀ ਨਹੀਂ ਆਇਆ ਨਾ, ਮਾਰਚ 88 'ਚ ਆਇਆ। 88 ਦੀ ਮਾਰਚ ਵਿੱਚ ਆ ਕੇ ਉਸਨੇ ਇੱਥੇ ਚੰਗ ਦੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਆਪਣੇ ਆਪ ਨੂੰ ਪੰਥ ਦਾ ਹਾਕਮ ਕਹਿਣਾ ਸ਼ੁਰੂ ਕੀਤਾ, ਪਰ ਸ਼੍ਰੋਮਣੀ ਕਮੇਟੀ ਨੇ ਉਹਦੀ ਸੇਵਾ ਵੀ ਕਰ ਛੱਡੀ ਕਿ ਮਈ ਵਿੱਚ ਉਸ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ। ਇਹ ਕਿਹੜਾ ਜਥੇਦਾਰ ਹੁੰਦਾ ਵੀ ਇੱਕ ਤਾਂ ਪੰਥ ਦਾ ਮੁਖੀ ਹੈ, ਤੈਨੂੰ ਕੱਢ ਵੀ ਦਿਓ। ਸੋ ਇਹ ਇੱਕ ਪੁਜਾਰੀ ਦੀ ਪੋਸਟ ਹੈ ਜਿਹਦਾ ਸਿੱਖੀ ਸਿਧਾਂਤਾਂ ਮੁਤਾਬਕ ਕੋਈ ਇਹਦੇ 'ਚ ਥਾਂ ਨਹੀਂ ਹੈ, ਹਿਸਟਰੀ 'ਚ ਕੋਈ ਥਾਂ ਨਹੀਂ ਹੈ। ਇਹ ਨਾਜਾਇਜ਼ ਅਹੁਦਾ ਹੈ ਜਿਸ ਨੂੰ ਬਾਦਲ ਵਰਤ ਰਿਹਾ, ਅਤੇ ਇਸ ਦਾ ਅਖੌਤੀ ਹੁਕਮਨਾਮਾ ਜਿਹੜਾ ਉਹ ਸਿੱਖੀ ਵਿੱਚ ਕੋਈ ਥਾਂ ਨਹੀਂ ਰੱਖਦਾ। ਇਹ ਉਹਦੇ ਹੁਕਮਨਾਮੇ ਨਹੀਂ, ਬਾਦਲ ਦੇ ਹੁਕਮਨਾਮੇ ਹੁੰਦੇ ਹਨ, ਅਤੇ ਸਿੱਖਾਂ ਨੂੰ ਅਜਿਹੇ ਨਾਜਾਇਜ਼ ਅਹੁਦੇ ਨੂੰ ਨਹੀਂ ਕਬੂਲ ਕਰਨਾ ਚਾਹੀਦਾ, ਰੱਦ ਕਰਨਾ ਚਾਹੀਦਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।